ਸਸ਼ੀਕਾਲ ਨਮਸਕਾਰ ਮੈਂ ਦੀਪਕ ਮੰਡਾਰੀ ਤੁਸੀ ਦੇਖ ਰਹੇ ਹੋ ਡੀਫੋਰੀ ਨਿਊਜ਼ ਸੈਲਫ ਸੇਫ ਪ੍ਰੋਗਰਾਮ ਖਰੀਆਂ ਕਰੀਆਂ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਅੱਜ ਨਸ਼ੇ ਦੇ ਖਿਲਾਫ ਐਲਾਨੇ ਜੰਗ ਕਰ ਦਿੱਤਾ ਗਿਆ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਉਜੇਜਿਤ ਤੌਰ ਤੇ ਅੰਮ੍ਰਿਤਸਰ ਆਇਸ਼ਾਨ ਤੇ ਸ਼੍ਰੀ ਹਰਮੰਦਰ ਸਾਹਿਬ ਜਾ ਕੇ 40 ਹਜ਼ਾਰ ਵਿਦਿਆਰਥੀਆਂ ਨੇ ਇੱਕੋ ਵਾਰਾਂ ਹੀ ਸੌਂ ਖਾਦੀਏ ਕਿ ਉਹ ਨਸ਼ਾ ਨਹੀਂ ਕਰਨਗੇ ਮੁੱਖ ਮੰਤਰੀ ਨੇ ਅੰਮ੍ਰਿਤਸਰ ਪੁਲਿਸ ਦੀ ਤਾਰੀਫ ਕੀਤੀ ਹੈ ਜਿਨ੍ਹਾਂ ਵੱਲੋਂ ਗਲੀ ক্রিকেট ਦਾ ਇੱਕ ਆਗਾਜ਼ ਕਰਾਇਆ ਜਾ ਰਿਹਾ ਹੈ ਹੋਪ ਇਨੀਸ਼ੀਏਟਿਵ ਦਾ ਇਹਨੂੰ ਨਾਮ ਦਿੱਤਾ ਗਿਆ ਹੈ ਇਹ ਪਹਿਲੇ ਪ੍ਰੇ ਪ੍ਰਾਰਥਨਾ ਕਰਨਗੇ ਫਿਰ ਸੌ ਖਾਣਗੇ ਤੇ ਫਿਰ ਖੇਡਣਗੇ ਬਹੁਤ ਸਾਰੀਆਂ ਟੀਮਾਂ ਇਹਦੇ ਛਿਸਾ ਲੈ ਰਹੀਆਂ ਨੇ ਦੂਜੇ ਪਾਸੇ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਤ ਨੇ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਦਿੱਤੀ ਏ ਤੇ ਸਾਹ ਮੰਗ ਲਿਆ ਵੀ ਜਿਹੜਾ 50 ਹਜ਼ਾਰ ਕਰੋੜ ਦਾ ਤੁਸੀਂ ਕਰਜ਼ਾ ਲਿਆ ਸੀ ਉਹ ਤੁਸੀਂ ਮੈਨੂੰ ਕਹਿੰਦੇ ਸਾਫ ਠੀਕ ਨਹੀਂ ਦਿੱਤਾ ਉਹ ਦੁਬਾਰਾ ਸਾਫ ਦਿਓ ਤੇ ਹੁਣ ਜੇ ਮੈਂ ਵੀ ਐਮਐਲਏ ਹੁੰਦਾ ਇੱਥੇ ਵੀ ਗੱਲਬਾਤ ਕਰਾਂਗੇ ਤੇ ਐਸਐਸਪੀ ਨੇ ਮੇਰੇ ਕੋਲੋਂ ਵੀ ਮਾਫੀ ਮੰਗਣੀ ਨਹੀਂ ਸੀ ਸਾਡੇ ਨਾਲ ਨੇ ਸਾਡੇ ਐਕਸਪਰਟ ਰਕੇਸ਼ਨ ਨਮਸਕਾਰ ਨਮਸਕਾਰ ਬਨਾਰੀ ਸਾਹਿਬ ਸ਼ਮਦੀ ਅੱਜ ਭਗਵੰਤਮਾਨ ਸਾਹਿਬ ਪਹੁੰਚੇ ਨੇ ਅੰਮ੍ਰਿਤਸਰ ਦੇਖੋ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਜਾ ਕੇ ਸੌ ਚੁੱਕੀਏ ਮੱਥਾ ਟੇਕਿਆ ਅਰਦਾਸ ਕੀਤੀ ਹੈ ਕਰੀਬ-ਕਰੀਬ 40 ਹਜ਼ਾਰ ਸਟੂਡੈਂਟ ਗਿਆ ਜਾ ਰਿਹਾ ਉਹਨਾਂ ਦੇ ਨਾਲ ਸਨ ਬਹੁਤ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਇੱਕ ਵਰਲਡ ਰਿਕਾਰਡ ਬਣਨ ਦੇ ਵੀ ਕਰੀਬ ਆ ਗਈ ਕਿਉਂਕਿ ਮੈਨੂੰ ਲੱਗਦਾ ਕਿ ਪਹਿਲੀ ਵਾਰ ਸ਼ਾਇਦ ਨਸ਼ੇ ਦੇ ਖਿਲਾਫ ਇੱਕ ਦੇ ਵੱਡੀ ਮਾਤਰਾ ਦੇ ਵਿੱਚ ਵਿਦਿਆਰਥੀ ਇਕੱਠੇ ਹੋਏ ਉਹਨਾਂ ਤੇ ਉਹਨਾਂ ਨੇ ਸੋਚ ਚੁੱਕੀ ਹੋਏ ਪਰ ਇਹਦੇ ਉੱਤੇ ਵੀ ਚਲੋ ਪ੍ਰਯਾਸ ਤਾਂ ਠੀਕ ਆ ਪਰ ਕੁਝ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਇਹ ਵੀ ਕਹਿਤਾ ਹੈ ਮਾਨਯੋਗ ਆਪਣੇ ਐਮਪੀ ਸਾਹਿਬ ਨੇ ਕਹਿੰਦੇ ਵੀ ਇਹਨਾਂ ਨੂੰ ਤਾਂ ਠੀਕ ਹੈ ਤੁਸੀਂ ਸੋਚ ਕਾ ਰਹੇ ਹੋ ਬੱਚੇ ਤੇ ਜੋ ਤੁਸੀਂ ਕਹਿਣਗੇ ਪੁਲਿਸ ਉਹ ਕਰ ਹੀ ਦੇਣਾ ਪਰ ਜਿਹੜੀਆਂ ਕਾਲੀਆਂ ਭੇਡਾਂ ਪੁਲਿਸ ਦੇ ਵਿੱਚ ਨੇ ਉਹਨਾਂ ਵੱਲ ਵੀ ਧਿਆਨ ਦਿਓ ਉਹਨਾਂ ਨੂੰ ਵੀ ਕੋਈ ਸੋਚ ਕਾ ਦਿੰਦੇ ਨਾਲ ਦੀ ਨਾਲ ਬਿਲਕੁਲ ਠੀਕ ਆ ਅਜਲਾ ਸਾਹਿਬ ਨੇ ਕੋਈ ਗਲਤ ਨਹੀਂ ਗੱਲ ਕਹੀ ਜੀ ਪਰ ਪਹਿਲਾਂ ਆਪਾਂ ਇਹਦੀ ਗੱਲ ਕਰੀਏ ਵੀ ਜਿਹੜਾ ਵਧੀਆ ਕੰਮ ਹੋ ਰਿਹਾ ਜੀ ਇੱਕ ਉਹ ਸੀਐਮ ਸਾਹਿਬ ਦੀ ਨੀਤੀ ਸਪਸ਼ਟ ਹੈ ਵੀ ਜ਼ੀਰੋ ਟਾਲਰੈਂਸ ਅਗੇਂਸਟ ਕਰਪਸ਼ਨ ਜੀ ਤਨਸ਼ਾ ਜੀ ਤੇ ਬਹੁਤ ਉਹ ਆਪਣੇ ਵੱਲੋਂ ਸਹੀ ਪ੍ਰਯਾਸ ਕਰਨ ਦੇ ਵੀ ਇਹ ਨਸ਼ਾ ਖਤਮ ਹੋ ਜੇ ਉਹਨੇ ਇੱਕ ਸਾਲ ਦਾ ਸਮਾਂ ਮੰਗਿਆ ਵੀ 15 ਅਗਸਤ ਜੀ 2000 ਜਿਹੜਾ 24 ਅਕਵਿ ਦੇ ਵਿੱਚ ਇਹ ਨਸ਼ਾ ਮੁਕਤ ਕਰ ਦੇਣਾ ਪੰਜਾਬ ਨੂੰ ਜੀ ਦੋ ਸਰਕਾਰਾਂ ਨਿਸ਼ੇਧ मुद्ਦੇ ਚੱਲ ਗਈਆਂ ਜੀ ਬੜੇ-ਬੜੇ ਵੱਡੇ ਲੀਡਰਾਂ 'ਤੇ ਇਲਜ਼ਾਮ ਲੱਗਦੇ ਰਹੇ ਕਈਆਂ ਨੂੰ ਸਤਾ ਗਵਾਣੀ ਪਈ ਕਈ ਐਸੇ ਬੁੱਦੇ ਦੇ ਅਗੇ ਹੁਣ ਇਹ ਵੀ ਇਸੇ ਤੇ ਆਏ ਜੀ ਹੁਣ ਇਹਨਾਂ ਨੇ ਕਿਹਾ ਸੀ ਵੀ ਇੱਕ ਮਹੀਨੇ ਜਿਨ ਨਸ਼ਾ ਖਤਮ ਕਰ ਦਿਆਂਗੇ ਹੋਇਆ ਨਹੀਂ 1.5 ਸਾਲ ਲੰਘ ਗਿਆ 11 ਸਾਲ ਹੋਰ ਮੰਗ ਲਿਆ ਲੋਕਾਂ ਕਹਿੰਦੇ ਵੀ ਲੈ ਲਓ ਜੀ ਖੇਪਾਂ ਦੀ ਅਖੇਪਾਂ ਫੜੀਆਂ ਜਾਂਡੀਆਂ ਜੀ ਹੁਣ ਸਾਡੇ ਜਿਹੜੇ ਸੀਪੀ ਸਾਹਿਬ ਸਰਦਾਰ ਨੋਹ ਨਿਹਾਲ ਸਿੰਘ ਉਹਨਾਂ ਨੇ ਇੱਕ ਵਧੀਆ ਪ੍ਰਯਾਸ ਕੀਤਾ ਵੀ ਇਹਨਾਂ ਲੋਕਾਂ ਨੂੰ ਨਸ਼ੇ ਤੋਂ ਮੁਕਤ ਕਰਨ ਲਈ ਇਹਨਾਂ ਹੋਪ ਨਿਸ਼ੀਏਟਿਵ ਨਾ ਦੇ ਕੇ ਪ੍ਰੋਗਰਾਮ ਚਲਾਇਆ ਜੀ ਚਲੋ ਇਸੇ ਬਾਅਨੇ ਸੀਪੀ ਸਾਹਿਬ ਦੇ ਲੋਕਾਂ ਨੂੰ ਦਰਸ਼ਨ ਵੀ ਹੋਏ ਜੀ ਸੀਪੀ ਸਾਹਿਬ ਦਾ ਦਰਸ਼ਨ ਨਹੀਂ ਹੁੰਦੇ ਕਿਸੇ ਨੂੰ ਦਰਸ਼ਨ ਦਿੰਦੇ ਨਹੀਂ ਜੀ ਇਸੇ ਬਾਅਨੇ ਲੋਕਾਂ ਨੂੰ ਦਰਸ਼ਨ ਹੋ ਗਏ ਲੋਕਾਂ ਨਾਲ ਉਹਨਾਂ ਦੀ ਗੱਲਬਾਤ ਵੀ ਹੋਈ ਲੋਕ ਉਹਨਾਂ ਦੇ ਸੰਪਰਕ 'ਚ ਵੀ ਆਏ ਲੋਕਾਂ ਨੂੰ ਸੀਪੀ ਸਾਹਿਬ ਦਾ ਪਤਾ ਲੱਗਾ ਸੀਪੀ ਸਾਹਿਬ ਨੂੰ ਲੋਕਾਂ ਦਾ ਲੱਗਾ ਜੀ ਕਿ ਬੜਾ ਵੱਡਾ ਇਨੀਸ਼ੀਏਟਿਵ ਇਹਨਾਂ ਨੇ ਲਿਆ ਅਹੀ ਇਹਨਾਂ ਨੂੰ ਇਸ ਕੰਮ ਲਈ ਵਧਾਈ ਦਿੰਦੇ ਆ ਜੀ ਇਹਨਾਂ ਨੇ ਡੀਸੀਪੀ ਸਾਹਿਬ ਨੇ ਐਡੀਸੀਪੀ ਸਾਹਿਬ ਨੇ ਸਾਰੇ ਪੁਲਿਸ ਵਾਲਿਆਂ ਨੇ ਬੜੀ ਮਿਹਨਤ ਕੀਤੀ ਇਸ ਕੰਮ ਦੇ ਵਿੱਚ ਜੀ ਤੇ ਅੱਜ ਸੀਐਮ ਸਾਹਿਬ ਪਹਿਲਾ ਦਿਨ ਅਕੱਲ ਸੀਐਮ ਸਾਹਿਬ ਦਾ ਜਨਮ ਦਿਨ ਹੀ ਉਹਦੀਆਂ ਨੂੰ ਮੁਬਾਰਕਾਂ ਸੀਐਮ ਸਾਹਿਬ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲੱਗਿਆ ਬਹੁਤ ਵਧੀਆ ਪ੍ਰਿਆਸ ਸੀ ਜਿੱਦਾਂ ਮੋਦੀ ਸਾਹਿਬ ਦੇ ਤਾਂ ਲੱਗਦਾ ਹੈ ਤੇ 6000 ਤੋਂ ਵੱਧ ਯੂਨਿਟ ਇਕੱਠਾ ਹੋਇਆ ਖੂਨ ਦੀ ਕਮੀ ਬੜੀ ਹੈ ਪੂਰੇ ਪੰਜਾਬ ਵਿੱਚ ਲੋਕਾਂ ਚ ਜਾਗਰੂਤਾ ਜਾਗਰੂਤਾ ਆਈ ਜੀ 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 ਪੀ ਖੂਨਦਾਨ ਕਰਨਾ ਖੂਨਦਾਨ ਮਹਾਨਦਾਨਾ ਵਧੀਆ ਕੰਮ ਕਰ ਰਹੇ ਆ ਜੀ ਹੁ ਆਜ 40000 ਬੱਚਿਆਂ ਦੇ ਨਾਲ ਸੀਐਮ ਸਾਹਿਬ ਤੇ ਪੁਲਿਸ ਅਧਿਕਾਰੀਆਂ ਨੇ ਨਸ਼ਾ ਮੁਕਤ ਪੰਜਾਬ ਨੂੰ ਕਰਨ ਲਈ ਅਰਦਾਸ ਕਰਨੀ ਉਹਨ ਸਿਆਪ ਸਾਹਿਬ ਇਹਨਾਂ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨਗੇ ਉਹਨਾਂ ਇਹ ਵੀ ਕਿਹਾ ਵੀ ਮੈਂ ਅਕਾਲ ਤਖਤ ਸਾਹਿਬ ਤੇ ਨਤਮਸਕ ਹੋਣ ਲਈ ਆਇਆ ਤੇ ਅਰਦਾਸ ਕੀਤੀ ਹੈ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਜੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਬਹੁਤ ਵਧੀਆ ਕਲਾ ਵਧੀਆ ਥਾਂ ਤੋਂ ਸ਼ੁਰੂਆਤ ਕੀਤੀ ਆ ਅਹੀ ਇਹਨਾਂ ਦੀ ਖਿਲਾਗਾ ਕਰਦੇ ਆ ਜੀ ਉਹਨਾਂ ਕਿਹਾ ਵੀ 40 ਹਜ਼ਾਰ ਬੱਚੇ ਮੇਰੇ ਨਾਲ ਸਕੂਲ ਦੇ ਤੇ ਨਸ਼ੇ ਦੇ ਖਾਤਮੇ ਲਈ ਅਸੀਂ ਅਰਦਾਸ ਕੀਤੀ ਹੈ ਤੇ ਨਸ਼ੇ ਨੂੰ ਹੱਥ ਲਾਣਾ ਹੱਥ ਲਾਣ ਦੀ ਸਹੁੰ ਖਾਧੀ ਆ ਜੀ ਮੱਜਿਆਂ ਨੇ ਵੀ ਨਸ਼ੇ ਨੂੰ ਹੱਥ ਨਹੀਂ ਲਾਵਾਂਗੇ ਤੇ ਨਾ ਹੀ ਕਦੀ ਕੋਈ ਨਸ਼ਾ ਕਰਾਂਗੇ ਤੇ ਨਾ ਹੀ ਕਦੀ ਵੇਚਾਂਗੇ ਆਂਦੇ ਵੀ ਪੰਜਾਬ ਜਿਹੜਾ ਰੰਗਲੇ ਪੰਜਾਬ ਵੱਲ ਵਧ ਰਿਹਾ ਜੀ ਖੇਡਾਂ ਵਿੱਚ ਵੀ ਆਂਦੇ ਹੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਆ ਆंदे ਵੀ 19 ਮੈਡਲ ਪੰਜਾਬ ਦੇ ਆ ਗਏ ਆ। ਏਸ਼ੀਅਨ ਗੇਮਾਂ। ਨਹੀਂ ਭਾਵੇਂ ਇਹਦੇ ਤੱਕ ਪਲੇਅਰਾਂ ਨੂੰ ਇੰਨੀਆਂ ਵਧੀਆ ਸ਼ਬਦਾਂਵਾਂ ਨਹੀਂ ਮਿਲਦੀਆਂ। ਇੱਕ ਆਪਾਂ ਹਿਆਰਪੁਰ ਦੀ ਟੀਮ ਦਾ ਪੜਨਦੇ ਆ ਜਿਹੜੀ ਧਰਮਸ਼ਾਲਾ ਜਾ ਕੇ ਪ੍ਰੈਕਟਿਸ ਕਰਦੀ ਹੈ। ਪ੍ਰੈਕਟਿਸ ਲੈ ਕੇ ਆਈ ਹੀ ਖਿਡਾਰੀਆਂ ਨੂੰ ਪੈਸੇ ਵਧੀਆ ਦਿਓ। ਜਿੱਦਾਂ ਤੁਜੀ ਸਟੇਟ ਆਰਾਮ ਦਿੰਦੇ ਆ, ਉਹਦਾ ਤਹੀ ਬਤਾ ਕੇ ਦਿਓ ਜੇ। ਜੇ ਉਹ ਵੱਧ ਦੇ ਰਿਹਾ ਤੇ ਹੌਸਲਾ ਵਧੇ ਪੰਜਾਬ ਦਾ ਬਹੁਤ ਵਧੀਆ ਰਿਹਾ ਇਸ ਟਾਈਮ ਪ੍ਰਦਰਸ਼ਨ ਜਿਹੜਾ ਏਸ਼ੀਅਨ ਖੇਡਾਂ ਦੇ ਵਿੱਚ 19 ਮੈਡਲ ਆਏ ਇਹਨਾਂ ਨੇ। ਡੀਜੀਪੀ ਸਾਹਿਬ ਨੇ ਵੀ ਨਵਨੇ ਹਾਲ ਸਿੰਘ ਜੀ ਨੂੰ ਥਾਪੀ ਦਿੱਤੀ ਏਡੀਜਪੀ ਸਾਹਿਬ ਨੂੰ ਬਹੁਤ ਵਧੀਆ ਕੰਮ ਕੀਤਾ ਜੇ ਵਧੀਆ ਕੰਮ ਇਹਦਾ ਵਧੀਆ ਸ਼ੋਅ ਕਰਤਾ ਬਹੁਤ ਵਧੀਆ ਜੀ 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 ਫਿਰ ਇਹਨਾਂ ਨੇ ਇਹਦੇ ਨਾਲ ਨਾਲ ਵੀ ਜਿਹੜਾਗਾ ਵੀ ক্রিকেট ਦਾ ਵੀ ਕੰਮ ਕਰਾ ਰਿਆ ਤੇ ਏਸ਼ੀਆ ਸੀਐਮ ਸਾਹਿਬ ਨੇ ਵੀ ਕਿਹਾ ਵੀ ਆਂਦੇ ਵੇਖੋ ਜਿਹੜੇ ਕੰਮ-ਕੁਮ ਕਰਨ ਵਾਲੇ ਆ ਉਹ ਨਿਸ਼ਾਨੀ ਕਰਦੇ ਵਿਹਲਾ ਮਨ ਨਹੀਂਸ਼ਾ ਕਰਦਾ ਆਂਦੇ ਅੱਗੇ ਲੋਕੀ ਦੁਕਾਂਦੇ ਹੀ ਨਸ਼ੇ ਨੂੰ ਜੀ ਵੀ ਸਾਡੇ ਬੱਚੇ ਨਸ਼ਾ ਕਰਦੇ ਆ ਲੋਕੀ ਨਸ਼ੇੜੀ ਕਹਿੰਦੇ ਲੋਕੀ ਵੀ ਸਾਹਮਣੇ ਆਨ ਲਾ ਪਿਆ ਇਹਨਾਂ ਦਾ ਇਲਾਜ ਕਰਾਈਏ ਇਹ ਇੱਕ ਬਿਮਾਰੀ ਹੈ ਆਂਦੇ ਇੱਕ ਬਿਮਾਰੀ ਆ ਤੇ ਅਗੇ ਹੀ ਨਾ ਪਿਓ ਲੋਕੀ ਦਾਦੇ ਨਹੀਂ ਪੁਲਿਸ ਨਸ਼ਾ ਕਰਨ ਵਾਲੇ ਕੋ ਪੁੜੀ ਫੜ ਕੇ ਉੱਤੇ ਕੇਸ ਪਾ ਦਿੰਦੀ ਜੀ ਜਾਂ ਛੱਡਨ ਦਾ ਫਿਰ ਮਗਰੋਂ ਪਹਿਲੇ ਕਦਾਂ ਲੈਣ ਦੇ ਹੁੰਦਾ ਜੀ ਐਂਟਾਂ ਦੇ ਥਰੂ ਸਭ ਨੂੰ ਪਤਾ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਇਹਨਾਂ ਨੂੰ ਅਹੀ ਜਿਹੜੇ ਨਸ਼ੇ ਦੇ ਕੋਡ ਚੋਂ ਕੱਢਣਾ ਬੰਦਿਆਂ ਨੂੰ ਜਿਹੜੇ ਨਸ਼ੇ ਕਰਦੇ ਆ ਸਮਾਜ ਵਿੱਚ ਇਹਨਾਂ ਨੂੰ ਵਾਪਸ ਲਿਆਣਾ ਮੁੱਖ ਧਾਰਾ ਦੇ ਵਿੱਚ ਆਂਦੇ ਉਹਦੇ ਲਈ ਲਿਆਣੀ ਇਹਨਾਂ ਦੇ ਲਾਜਵੀਂ ਕਰਾਣਾ ਇਹਨਾਂ ਦੀ ਕਾਉਂਸਲਿੰਗ ਵੀ ਕਰਾਣੀ ਆ ਇਹਨਾਂ ਨੂੰ ਰੋਜ਼ਗਾਰ ਵੀ ਦੇਣਾ ਜੀ ਸਰਕਾਰ ਦੀਆਂ ਸਕੀਮਾਂ ਦੇ ਚੰਗੀਆਂ ਜੇ ਇੰਪਲੀਮੈਂਟ ਹੋਣ ਤੇ ਜੀ ਵਾਕੇ ਇਹਨਾਂ ਨੂੰ ਮੁਕਤਵਾ ਰਜ ਲਾਓ ਦੋਸ਼ ਕੀ ਆ ਲੱਗੇ ਤੇ ਨਸ਼ੇ 'ਚ ਕਈ ਇਸ ਗੱਲ ਲੱਗਦੇ ਮੈਂ ਨੌਕਰੀ ਨਹੀਂ ਮੈਂ ਦੀ ਕੋਈ ਕਹਿੰਦਾ ਮੈਮੇ ਕਰਕੇ ਵਿਹਲਾ ਬੈਟਾਂ ਹੀ ਕੋਈ ਕਹਿੰਦਾ ਵੀ ਐਚਡੀ ਕਰਕੇ ਕਲਾਸ 4 ਦੀ ਨੌਕਰੀ ਅਪਲਾਈ ਕਰਨੀ ਕੋਈ ਉਹਨੂੰ ਯਾਰ ਦੋਸਤ ਲਾ ਦਿੰਦੇ ਆ ਇਹ ਯਾਰ ਦੋਸਤ ਲਾ ਦਿੰਦੇ ਬੜੀ ਸੰਗਤ 'ਚ ਪੈ ਜਾਂਦਾ ਕੋਈ ਜ਼ਿੰਮੇਵਾਰ ਤੇ ਨਹੀਂ ਛੇੜੀ ਹੁੰਦਾ ਨਹੀਂ ਜੀ ਇਸ ਕਰਕੇ ਵਧੀਆ ਸਰਕਾਰ ਦਾ ਜਿਹੜਾ ਹੈਗਾ ਜਿਹੜਾ ਪ੍ਰਾਲਾ ਦੇਖੋ ਪ੍ਰਾਲਾਵਾਦ ਰਿਗਾਰ ਨੇ ਕਿਹਾ ਵੀ ਮੁੱਖ ਮੰਤਰੀ ਸਾਹਿਬ ਨੇ ਪਿੰਡਾਂ ਵਿੱਚ ਵੀ ਸਮਾਜ ਸੇਵੀ ਕਮੇਟੀਆਂ ਦੀ ਲੋੜ ਪੈਣੀ ਆ ਸੋਸ਼ਲ ਵਰਕਰਾਂ ਦੀ ਪੈਣੀ ਆ ਲੋਕ ਉਹਨਾਂ ਦੇ ਵੀ ਅੱਗੇ ਆਨ ਲਾ ਪਿਆ ਚਲੋ ਜਿੱਦਾਂ ਏਡੀ ਵੀ ਨੋਨ ਹਲ ਸਿੰਘ ਨੇ ਪੁਲਿਸ ਕਮਿਸ਼ਨਰ ਸਾਹਿਬ ਨੇ ਕੀਤਾ ਪ੍ਰਾਲਾ ਸਾਰੇ ਐਸਐਸਪੀ ਨੂੰ ਵੀ ਇਹ ਪ੍ਰਾਲਾ ਕਰਨਾ ਚਾਹੀਦਾ ਸਾਰੇ ਇਸ ਕੰਮ ਦੀ ਈਲਾਣਾ ਹੁਣ ਵੇਖੋ ਵੀ ਇਹਨਾਂ ਨੇ ক্রিকেট ਅੰਦਾਜ਼ ਅਗਾਜ਼ ਕਰਨਾ ਅੰਡਰ 19 ਦਾ ਮੁੱਖ ਮੰਤਰੀ ਸਾਹਿਬ ਨੇ ਜੀ 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 ਇਥੇ ਗਾਂਧੀ ਗਰਾਉਂਡ ਦੇ ਵਿੱਚ ਜੀ 40 ਤੋਂ ਵੱਧ ਗਰਾਉਂਡ ਇਹਨਾਂ ਤਿਆਰ ਕਰ ਲੀਆਂ 900 ਤੋਂ ਵੱਧ ਟੀਮਾਂ ਦੀ ਰਜਿਸਟ੍ਰੇਸ਼ਨ ਕਰਵਾ ਲਈ ਆ ਤੇ ਆਂਦੇ ਵੀ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਵੀ ਹਰ ਵਰਗ ਨੂੰ ਇਸ ਕੰਮ 'ਚ ਨਾਲ ਜੋੜਿਆ ਜਾਵੇ ਵੀ ਲੋਕਾਂ ਦਾ ਇੰਟਰਸਟ ਬਣਾਇਆ ਜਾਵੇ ਵੀ ਇਹ ਨਹੀਂ ਕੱਲੇ ਨੌਜਵਾਨ ਹੀ ਆ ਜਾਣ ਹਰ ਬੰਦੇ ਦਾ ਸਹਿਯੋਗ ਲੈਣ ਵਾਸਤੇ ਨਾ ਪੰਜ ਇੱਕ ਰੱਖੀ ਜਜਬਾ ਕ੍ਰਿਕਟ ਲੀਗ ਇਹ 'ਚ ਸਪੈਸ਼ਲ ਬੱਚੇ ਤੇ ਨੌਜਵਾਨ ਲਾ ਜੋੜੇ ਆ ਇੱਕ ਰੱਖੀ ਆ वूਮਨ ਕ੍ਰਿਕਟ ਬੱਤੀਆਂ ਜੋੜੀਆਂ ਉੱਚ ਇੱਕ ਰੱਖੀ ਲੀਡਰ ਕ੍ਰਿਕਟ ਲੀਗ ਉਹਨਾਂ ਜਿਹੜੇ ਸਮਾਜ ਦੇ ਰਿਪ੍ਰੈਜ਼ੈਂਟੇਟਿਵ ਆ ਕੌਂਸਲਰ ਆ ਐਮ ਐਲ ਏ ਸਾਹਿਬਾ ਨਾ ਮੰਤਰੀ ਸਾਹਿਬਾ ਨਾ ਇਹ ਵੀ ਖੇਡਣਾ ਜਾਂ ਕੁ ਮਹੱਲੇ ਦੇ ਪ੍ਰਧਾਨ ਹੈਗੇ ਚੰਗੇ ਬੰਦੇ ਬੰਦੇ ਆ ਦੂਜੀ ਰੱਖੀ ਫੱਟਾ ਕ੍ਰਿਕਟ ਲੀਗ ਗਲੀ ਦੇ ਵਿੱਚ ਜਿੱਦਾਂ ਵਧਾ ਆਵੇਂ ਕ੍ਰਿਕਟਾਂ ਲਾ ਕੇ ਖੇਡਦੇ ਉਹਨਾਂ ਡੋੜਾ ਕਰਨਾਂ ਇੰਨੀਆਂ ਰਹਿ ਨਹੀਂ ਗਈਆਂ ਤੇ ਸਕੂਲ ਕ੍ਰਿਕਟ ਲੀਗ ਦਾ ਅਜੰਡਾ 19 ਦਾ ਰਾਜਵਾਦੇ 32 ਟੀਮਾਂ ਨੇ ਇਹ ਚ ਇਸਾਲਿਆ ਅੰਡਰ 19 ਚ 32 ਟੀਮਾਂ ਆਤਰਕੇ ਜੀ ਵੈਸੇ ਨਾ ਨਾਨ੍ਹελ ਸਿੰਘ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਮੇਰੀ ਵੀ ਉਹਨਾਂ ਨਾਲ ਗੱਲਬਾਤ ਹੋਈ ਸੀ ਉਦੋਂ ਉਹ ਕਹਿੰਦੇ ਵੀ ਅੱਛੀ ਬੇਸਿਕਲੀ ਦੇਖੋ ਜੇ 40000 ਬਚਾ ਕਹਿੰਦੇ ਜੇ ਸੌ ਚੁੱਕ ਰਿਆ ਨਾ ਕਹਿੰਦੇ ਇਹਦਾ ਮਤਲਬ ਵੀ 40000 ਘਰਾਂ ਦੇ ਵਿੱਚ ਨਸ਼ੇ ਦੇ ਖਿਲਾਫ ਜਿਹੜੀ ਆ ਉਹ ਗੱਲ ਹੋਏਗੀ ਵੀ ਨਸ਼ੇ ਦੇ ਖਿਲਾਫ ਇੱਕ ਜੰਗ ਪੰਜਾਬ ਪੁਲਿਸ ਵੱਲੋਂ ਦੇਖੋ ਬਹੁਤ ਵਧੀਆ ਇਨੀਸ਼ੀਏਟਿਵ ਹੈ ਕਿਉਂਕਿ ਉਹਨਾਂ ਦਾ ਵੀ ਕਹਿਣਾ ਸੀ ਕਿ ਸਪਲਾਈ ਤੇ ਡਿਮਾਂਡ ਜਦੋਂ ਡਿਮਾਂਡ ਹੀ ਨਹੀਂ ਹੋਏਗੀ ਤੇ ਸਪਲਾਈ ਜਿਹੜੇ ਸਪਲਾਇਰ ਹੈ ਉਹ ਆਪਣੇ ਆਪ ਕਮਜ਼ ਮਾ ਨਸ਼ਾ ਬਹੁਤ ਸਾਰਾ ਫੜਿਆ ਜਾ ਰਿਹਾ ਪੰਜਾਬ ਪੁਲਿਸ ਉਹ ਕੋ ਵੀ ਫੜ ਰਹੀ ਹੈ ਬਹੁਤ ਸਰੀਆਂ ਦੀ ਇੰਟੈਲੀਜੈਂਸ ਏਰੀਆ ਬਸ ਹੀ ਹੈ ਫਰ ਪਰ ਦੇਖੋ ਕੇ ਜੀ ਪਰ ਜਿਹੜਾ ਔਜਲਾ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਨੂੰ ਜਿਹੜਾ ਚਿੱਠੀ ਲਿਖਤੀ ਇਹ ਪਹਿਲੇ ਚਿੱਠੀ ਲਿਖੀ ਹੈ ਹੁਣ ਜਿਹੜਾ ਟਵੀਟ ਕਰਦਾ ਨਾ ਦੇਖੋ ਇੱਕ ਐਮਪੀ 15-20 ਲੱਖ ਬੰਦੇ ਦਾ ਨਮਾਇਦਾ ਹੁੰਦਾ ਐ एमपी ਦੇ ਕੋਲ ਨੌ ਵਿਧਾਨ ਸਭਾ ਹਲਕੇ ਆਂਦੇ ਉਹਨਾਂ ਦੇ ਕੌਨਸਟਿਚੂਐਂਸੀ ਦੇ ਵਿੱਚ ਦੇ ਇੱਕ ਵਿਧਾਨ ਸਭਾ ਹਲਕੇ ਜੇ ਆਪਾਂ ਐਵਰੇਜ 2 ਲੱਖ ਵੋਟ ਲਾ ਲਈਏ ਤੇ 18 ਲੱਖ ਵੋਟ ਉਹ 18 ਲੱਖ ਬੰਦੇ ਉਹਨੂੰ ਰਿਪਰੈਜ਼ੈਂਟ ਕਰਦੇ ਆਂ ਵੀ ਉਹ ਮਤਲਬ ਢਾਡਾ ਮਾਰ ਮਾਰ ਕੇ ਕਹਿਣ ਦੇ ਨੇ ਦੁਹਾਈ ਦੇਣ ਦੇ ਨੇ ਵੀ ਧੜਾ ਸਟਾ ਕਾਰੋਬਾਰ ਵਧ ਗਿਆ ਪੁਲਿਸ ਵਾਲੇ ਕੁਝ ਕਾਲੀਆਂ ਭੇਡਾਂ ਨੇ ਉਹ ਧੜਾ ਸਟਾ ਕਾਰੋਬਾਰੀਆਂ ਨੂੰ ਸੁਰੱਖਸ਼ਨ ਦੇਣ ਦੇ ਨੇ ਉਹੀ ਫਿਰ ਗੈਂਗਸਟਰਵਾਦ ਨੂੰ ਪੈਸਾ ਜਾ ਰਿਹਾ ਹੈ ਉਹੀ ਪੈਸਾ ਮੁੜ ਕੇ ਹਿਊਮਨ ਟ੍ਰੈਫਿਕਿੰਗ ਚ ਜਾ ਰਿਹਾ ਹੈ ਉਹੀ ਪੈਸਾ ਪਾਕਿਸਤਾਨ ਬੈਠੇ ਜਿਹੜੀਆਂ ਏਜੰਸੀਆਂ ਉਹ ਫਿਰ ਫੰਡਿੰਗ ਜਿਹੜੀਆਂ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜੀਆਂ ਗੈਰ ਸਮਾਜਿਕ ਗਤੀਵਿਧੀਆਂ ਹੁੰਦੀਆਂ ਉਹ ਬੰਦੇ ਤਿਆਰ ਕਰ ਰਹੀਆਂ ਇਹ ਸਮਝ ਨਹੀਂ ਆਉ ਰਹੀ ਕਿ ਅੱਜ ਪੋ ਮਾਨ ਸਾਹਿਬ ਇੱਥੇ ਆਏ ਸਨ ਅੰਮਰਸਰ ਤੇ ਔਇਲਾ ਸਾਹਿਬ ਨੂੰ ਵੀ ਨਾਲ ਬੁਲਾ ਲੈਂਦੇ ਵੀ ਨਾਲੇ ਉਹਨਾਂ ਨਾਲ ਚਾਹ ਪੀਂਦੇ ਉਹਨਾਂ ਨੂੰ ਪੁੱਛਦੇ ਵੀ ਕੀ ਆ ਮੈਨੂੰ ਦੱਸੋ ਵੀ ਤੁਹਾਡੇ ਕੀ ਹੈਗੇ ਗ੍ਰੀਵੈਂਸਸ ਕਿਹੜੀ ਤੁਹਾਡੀ ਗੱਲ ਨਹੀਂ ਸੁਣਦੇ ਕਿ ਇਹ ਪੁਲਿਸ ਤੁਹਾਡੀ ਲੋਕਲ ਜਿਹੜੀ ਪੁਲਿਸ ਹੈ ਉਹ ਇਲਾਕੇ ਸਾਨੂੰ ਤੇ ਤਾਂ ਹੀ ਸੀਐਮ ਸਾਹਿਬ ਨੂੰ ਤੇ ਡੀਜੀਪੀ ਸਾਹਿਬ ਨੂੰ ਲਿਖਣਾ ਪਿਆ ਗਿਆ ਨਾ ਜੀ ਕਿਉਂਕਿ ਲੋਕਲ ਪੁਲਿਸ ਲੱਗਦਾ ਉਹਨਾਂ ਦੇ ਗੱਲ ਕੋਈ ਨਹੀਂ ਸੁਣਦੇ ਦੇਖੋ ਜੀ ਐਮਐਲਏ ਦੇ ਵਿਸ਼ੇਸ਼ ਅਧਾਰ ਕਮੇਟੀ ਕੋਲ ਚੱਲ ਜਾਂਦਾ ਹਾਂ ਮਾਫੀ ਮਾਗ ਉਹ ਨੌਜਾ ਸਾਹਿਬ ਕਿੱਥੇ ਜਾਣ ਜੀ ਉਹ ਇਲਾਕੇ ਸਾਹਿਬ ਦੀ ਫਿਰ ਗਾਰ ਨਹੀਂ ਇਹਨਾਂ ਦੀ ਸੁਣਦਾ ਕੋਈ ਨਹੀਂ ਜੇ ਐਮਐਲਏ ਸਾਹਿਬ ਦਾ ਮਾਨ ਸਨਮਾਨ ਹੋਣਾ ਚਾਹੀਦਾ ਤੇ ਐਮਪੀ ਦਾ ਵੀ ਉਹਨਾਂ ਹੋਣਾ ਚਾਹੀਦਾ ਭਾਵੇਂ ਉਹ ਪੋਜੀਸ਼ਨ ਦਾ ਹੋਵੇ ਬਿਲਕੁਲ ਠੀਕ ਹੈ ਮੈਂ ਕੋਈ ਬਦਲਾਅ ਤੇ ਫਿਰ ਦੱਸੂਗਾ ਨਾ ਇਹ ਬਦਲਾ ਐਸਐਸਪੀ ਨੂੰ ਵੀ ਕਾਹ ਮਾਹੀ ਮੰਗ ਗੱਲ ਮੰਗ ਓਏ ਤੁਹਾਡੇ ਘਰ ਵੀ ਜਾ ਕੇ ਮੰਗ ਕਮੇਟੀ ਕੋ ਵੀ ਮੰਗ ਤੇ ਜਿਹੜਾ ਐਮਪੀ ਰੌਂਡਿਆ ਦੀ ਗੱਲ ਹੁੰਦਾ ਕੋਈ ਨਹੀਂ ਪਹਿਲਾਂ ਵੀ ਉਹਨਾਂ ਦੜੇ ਸਟੇ ਖਿਲਾਫ ਬੋਲੇ ਵਿਚਾਰਿਆਂ ਨੂੰ ਉਹਨਾਂ ਨੂੰ ਲੋਕਾਂ ਦੇ ਅਕ੍ਰੋਸ਼ ਦਾ ਵੀ ਸਾਹਮਣਾ ਕਰਨਾ ਪਿਆ ਜੀ ਬਾਰੇ ਉਹਨਾਂ ਨੇ ਦਰਾਸਟਾ ਦੇ ਖਿਲਾਫ ਜਿਹੜੀ ਆ ਗੈਂਗਸਟਰਵਾਦ ਦੇ ਖਿਲਾਫ ਨਸ਼ਿਆਂ ਵਾਲਿਆਂ ਦੇ ਖਿਲਾਫ ਆਪਣੀ ਮੈਮ ਨਹੀਂ ਛੱਡੀ ਮੈਂ ਆਵਾਜ਼ ਬੁਲੰਦ ਰੱਖੀ ਮੈਂ ਬੁਲੰਦ ਰੱਖੀ ਆ ਸਲੂਡਾ ਓਜਲਾ ਸਾਹਿਬ ਨੂੰ ਦੋ ਦੋ ਚਿੱਠੀਆਂ ਉਹਨਾਂ ਨੇ ਪਹਿਲੇ ਲਿਖੀਆਂ ਮਾਨ ਸਾਹਿਬ ਨੂੰ ਹਾਂਜੀ ਹੁਣ ਮਾਨ ਸਾਹਿਬ ਤੁਹਾਡੀ ਗੱਲ ਠੀਕ ਹੀ ਪਿਆ ਜੀ ਉਹਨੂੰ ਓਜਲਾ ਸਾਹਿਬ ਨੂੰ ਸੁੰਦਣਾ ਚਾਹੀਦਾ ਸੀ ਜੀ ਸੱਦ ਕੇ ਪੁੱਛਦੇ ਓਜਲਾ ਸਾਹਿਬ ਤੇ ਕਹਿੰਦੇ ਆ ਵੀ ਇਹ ਪੁਲਿਸ ਵਾਲੇ ਅਫਸਰ ਪੁੱਛ ਲੋ ਇਹਨਾਂ ਨੂੰ ਜੇ ਨਹੀਂ ਤੁਹਾਨੂੰ ਨਾਮ ਦੱਸਦੇ ਏਜੰਸੀਆਂ ਨਹੀਂ ਦੱਸਦੀਆਂ ਤੇ ਮੈਂ ਲਿਸਟ ਦੇ ਦੇਣਾ ਇਹਦਾ ਮਤਲਬ ਵੀ ਇਹ ਨਕਾਮ ਆ ਤੇ ਜਿਹੜੇ ਨਖਿੱਧ ਫਿਰ ਅਫਸਰ ਬਦਲਦੇ ਹੋ ਬਿਲਕੁਲ ਠੀਕ ਹੈ ਉਹਨਾਂ ਨੂੰ ਕੀ ਕਰਨਾਂ ਦੀ ਲਾਗੇ ਕਿਹੜੇ ਅਫਸਰ ਦੇ ਸੈਂਕਸ਼ਨ ਦੇ ਵਿੱਚ ਗੈਂਗਸਟਰਵਾਦ ਜਾਂ ਡੜਾ ਸੱਟਾਵਾ ਚੱਲਣ ਡਿਆ ਜੀ ਕਿਹਦੇ ਕੋਲ ਬਹਿ ਕੇ ਸੱਟੇ ਬਾਜ ਵੰਦੇ ਆ ਕਿਨੂੰ ਤਿੰਨ ਤਿੰਨ ਗੁਲੇ ਦਾ ਕੜਾ ਪਾਉਂਦੇ ਆ ਕਿਨੂੰ ਚੈਨੀਆਂ ਪਾਉਂਦੇ ਆ ਕਿਨ ਸਾਰੇ ਸ਼ਹਿਰ ਨੂੰ ਪਤਾ ਜੀ ਵੀ ਕਿਨੂੰ ਕੜੇ ਪੈਣਦੇ ਆ ਕਿਨੂੰ ਚੈਨੀਆਂ ਪੈਣਦੀਆਂ ਤੇ ਸਾਡੀ ਪੁਲਿਸ ਨੂੰ ਨਹੀਂ ਪਤਾ ਏਜੰਸੀਆਂ ਨੂੰ ਨਹੀਂ ਪਤਾ ਅਫਸਰਾਂ ਨੂੰ ਪਤਾ ਵੀ ਹੋਇਆ ਅੱਖਾਂ ਮੁੰਦ ਕੇ ਬਹਿ ਜਾਂਦੇ ਆ ਵੇਖੋ ਤਹੀ ਵਧਾਵਾ ਆਪ ਗੈਂਗਸਟਰਵਾਦ ਨੂੰ ਦੇ ਰਹੇ ਜੇ ਉਹਨੂੰ ਉਹਜਲਾ ਸਾਹਿਬ ਨੇ ਜਿਹੜਾ ਸੀਐਮ ਸਾਹਿਬ ਨੂੰ ਟਵੀਟ ਕੀਤਾ ਉਹ ਵੀ ਕੋਈ ਸ਼ੱਕ ਨਹੀਂ ਇੱਕ ਬਹੁਤ ਵਧੀਆ ਇਹ ਤੁਹਾਡਾ ਪ੍ਰਿਆਸ ਆ ਮੈਂ ਉਹਦੀ ਸ਼ਲਾਘਾ ਕਰ ਰਹੀ ਐ ਤੇ ਮੈਂ ਦੀ ਸ਼ਲਾਘਾ ਕਰਦੇ ਆ ਜੀ ਉਹਨਾਂ ਕਿਹਾ ਕਿ ਕੀ ਉਹਨਾਂ ਪੁਲਿਸ ਵਾਲਿਆਂ ਦਾ ਕੀ ਜੋ ਆਪਣੀ ਸੋਨਾ ਸੌ ਤੋੜ ਰਹੇ ਨੇ ਤੇ ਦੜੇ ਸਟਾ ਤੇ ਨਸ਼ਾ ਕਾਰੋਬਾਰ ਨੂੰ ਵੜਾਵਾ ਦੇ ਰਹੇ ਨੇ ਜੀ ਬਿਲਕੁਲ ਠੀਕ ਹੈ ਜੀ ਦੜੇ ਸਟਾ ਜਿਹੜਾ ਨਸ਼ੀਨ ਨਾਲੋਂ ਵੀ ਮੜਾ ਔਰ ਕਿ ਜੀ ਅਸੀਂ ਪਹਿਲੇ ਵੀ ਕਈ ਵਾਰੀ ਗੱਲ ਕੀਤੀ ਵੀ ਕੀ ਪੰਜਾਬ ਦੇ ਵਿੱਚ ਸਿਰਫ ਦੋ ਹੀ ਬੰਦੇ ਸਨ ਜਿਹੜਾ ਨਸ਼ਾ ਵਕਾਂਦੇ ਸਨ ਇੱਕ ਇੰਦਰਜੀਤ ਇੱਕ ਰਾਜੀਤ ਦੇਖੋ ਰਾਜੀਤ ਨੂੰ ਵੀ ਜਵਾਨਤ ਦੇਤੀ ਸੁਪਰੀਮ ਕੋਰਟ ਨੇ ਵੈਸੇ ਤੇ ਇਹ ਫੜ ਨਹੀਂ ਸਕੇ ਬਾਕੀ ਕੰਨਾਂ ਦੀ ਵਿਦੇਸ਼ਾਂ ਚੋਂ ਬੰਦੇ ਲਿਆਂਦੀ ਗੱਲਾਂ ਕਰਦੇ ਜੇ ਤੇ ਰਾਜੀਤ ਕਿਉਂ ਨਹੀਂ ਫੜਿਆ ਜਿੱਦਾਂ ਮਨਪ੍ਰੀਤ ਨੂੰ ਦੜਾ ਦੜਾ ਗਏ ਉਹਦੇ ਘਰ ਦੇ ਰਿਸ਼ਤੇਦਾਰ ਕੋਈ ਨਹੀਂ ਛੱਡੇ ਰਾਜੀਤ ਵਾਲ ਕਿਉਂ ਨਹੀਂ ਇਦਾਂ ਦਾ ਕੰਮ ਕੀਤਾ ਵਿਦੇਸ਼ ਕਰਕੇ ਦੇਖੋ ਇਹਦਾ ਮਤਲਬ ਉਹਨੂੰ ਕਿਹਨਾ ਕਹਿੰਦਾ ਸ੍ਰੰਸ਼ਣ ਰਾਜੀਤ ਦੇ ਉੱਤੇ ਪ੍ਰਾਪਤੀ ਹੈ ਨਾ ਅਬ ਇੱਕ ਇਕੱਲਾ ਤੇ ਬਰਾਜਜੀ ਤਾਂ ਆਪਣੇ ਨਾਲ ਤੇ ਬੰਦਾ ਆਪ ਰੱਖ ਨਹੀਂ ਸਕਦਾ ਮਜਬੂਰੀ ਤੇ ਉਹ ਡੀਵੀ ਦਫ਼ਤਰ ਤੋਂ ਲੈਣੀ ਪੈਂਦੀ ਹੈ ਨਾ ਦੇਖੋ ਮਾਨ ਸਾਹਿਬ ਨੇ ਰਕੇਸ਼ ਜੀ ਇਹਦੀ ਤੇ ਰਿਪੋਰਟ ਮੰਗੀ ਸੀ ਹੁਣ ਰਿਪੋਰਟ ਮੈਨੂੰ ਜੋ ਸਾਡੇ ਸੂਤਰ ਦੱਸਦੇ ਨੇ ਇਹ ਮਾਨ ਸਾਹਿਬ ਕੋ ਰਿਪੋਰਟ ਚਲੀ ਗਈ ਹੈ ਪਰ ਉਹ ਰਿਪੋਰਟ ਹਜੇ ਤੱਕ ਨਸ਼ਰ ਨਹੀਂ ਹੋਈ ਤੇ ਹੋ ਜੇ ਮਾਨ ਸਾਹਿਬ ਕੋ ਨਹੀਂ ਗਈ ਤੇ ਫਿਰ ਮਾਨ ਸਾਹਿਬ ਰਿਪੋਰਟ ਮੰਗਾਂ ਵੀ ਕਿਹੜੇ ਕਿਉਂਕਿ ਬਲਵਿੰਦਰ ਸਿੰਘ ਕੰਗ ਉਹਨਾਂ ਨੇ ਰਕੇਸ਼ ਜੀ ਇਹ ਗੱਲ ਕਹੀ ਸੀ ਔਨ ਰਿਕਾਰਡ ਵੀ ਜਦੋਂ ਰਾਜਜੀਤ ਫੜਿਆ ਗਿਆ ਉਹਦੇ ਸੀਨੇ ਦੇ ਵਿੱਚ ਬਹੁਤ ਸਾਰੇ ਰਾਜ ਦਫ਼ਨ ਨੇ ਬڑے ਸਫੇਦ ਪੋਛਨੇ ਜਿਹੜੇ ਕਿ ਸਾਹਮਣੇ ਹੋ ਜਾਣਗੇ ਜਿਹੜੇ ਕਿ ਪੰਜਾਬ ਚ ਫਿਰਦੇ ਤੇ ਚਿੱਟੇ ਕੁਰਤੇ ਬਿਆਮੇ ਪਾ ਗਿਆ ਤੇ ਆਪਣਾ ਨਾਮ ਹੀ ਉੱਚਾ ਰੱਖਦੇ ਆ ਪਰ ਉਹਨਾਂ ਦੇ ਕੰਮ ਜਿਹੜੇ ਨੇ ਉਹ ਕਾਲੇ ਨੇ ਇਹ ਮਨਿੰਦਰ ਸਿੰਘ ਕੰਗਸਾਬ ਨੇ ਕਿਹਾ ਸੀਗਾ ਕਿ ਨਾ ਅਫਸਰਾਂ ਦੀਆਂ ਕੋਠੀਆਂ ਜਿਹੜੀਆਂ ਉਹਨੇ ਰਾਜੇਦਿਆਂ ਬਣਾਈਆਂ ਸੀ ਜੀ ਇਹ ਸਾਰੇ ਜਾਗੀਰ ਲੋਕਾਂ ਨੂੰ ਪਤਾ ਪੁਲਿਸ ਨੂੰ ਨਹੀਂ ਪਤਾ ਸਰਕਾਰੀ ਪੁਲਿਸ ਨੂੰ ਪਤਾ ਪਰ ਪੁਲਿਸ ਕੀ ਜੀ ਕਰੇਗੀ ਜਦੋਂ ਉਤੋਂ ਉਤੋਂ ਹੈਗਾ ਉਹਨਾਂ ਨੂੰ ਪਤਾ ਵੀ ਸਾਡੀ ਆਪਣੀ ਦੇ ਧੋਨ ਦਾ ਪੀਜਾ ਨਹੀਂ ਹੈ ਕੀ ਕਰੀਏ ਹੁਣ ਦੇਖੋ ਕਬਰ ਜੀ ਪ੍ਰਤਾਪ ਕਹਿੰਦੇ ਵੀ ਕਹਿੰਦੇ ਸਰਕਾਰ ਬਦਲੀ ਸਿਸਟਮ ਨਹੀਂ ਬਦਲਿਆ ਜੀ ਉਹਨਾਂ ਨੇ ਵੀ ਪੁਲਿਸ ਦਾ ਰਾਜਨੇਤਾ ਦਾ ਡਾਡਾ ਸੱਟੇ ਕਾਰੋਬਾਰੀਆਂ ਦਾ ਗੈਂਗਸਟਰਾਂ ਦਾ ਨਸ਼ਾ ਵੇਚਦਾ ਨੈਕਸਟ ਚੱਲਣ ਡਿਆ ਕਿ ਜੀ ਉਹਨਾਂ ਨੇ ਇਹੇ ਗੱਲ ਰੂਲਿੰਗ ਪਾਰਟੀ ਦਾ ਐਮਐਲਏ ਕਹਿ ਰਿਹਾ ਇਹੇ ਗੱਲ اپੋਜੀਸ਼ਨ ਦਾ ਐਮਪੀ ਕਹਿ ਰਿਹਾ ਉਹਨਾਂ ਨੇ ਇਹ ਵੀ ਕਹੋ ਜੀ ਪ੍ਰਤਾਪ ਸਿੰਘ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਇਹ ਨਹੀਂ ਪਤਾ ਲੱਗ ਰਿਹਾ ਵੀ ਪੁਲਿਸ ਚਲਾ ਰਹੀ ਏ ਕਿ ਗੈਂਗਸਟਰ ਚਲਾ ਰਹੇ ਨੇ ਹਾਲਾਂਕਿ ਉਸ ਤੋਂ ਬਾਅਦ ਉਹ ਸ਼ਾਂਤ ਹੋ ਗਏ ਚੁੱਪ ਨੇ ਕਿ ਲੱਗਦਾ ਵੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਤੋੜਾ ਨੂੰ ਕਹਿਤਾ ਵੀ ਤੁਸੀਂ ਬੋਲਣ ਬਾਲ ਨਹੀਂ ਅਗੇ ਤੇ ਕਦੀ ਕਦੀ ਇੰਟਰਵਿਊ ਦੇ ਦਿੰਦੇ ਹੁੰਦੇ ਸੀ ਹੁਣ ਇਸ ਕਰਕੇ ਸ਼ਾਇਦ ਲੱਗਦਾ ਚੁੱਪ ਹੋ ਗਿਆ ਚੁੱਪ ਹੋ ਗਿਆ ਵੇਖੋ ਜੀ ਦੜੇ ਸਟੇ ਕਾਰੋਬਾਰੀ ਇੱਥੇ ਥਾਣੇ ਚਲਾ ਰਹੇ ਆ ਜੀ ਥਾਣੇ 'ਚ ਫੈਸਲੇ ਇਹ આરોਪ ਲੱਗ ਰਹੇ ਆ ਬਿਲਕੁਲ આરોਪ ਲਾਂਦੇ ਲੋਕੀ ਵੀ ਉਹਨਾਂ ਨੂੰ ਰੈਫਰ ਕਰਤੇ ਜਾਂਦੇ ਆ ਕੇਸ ਵੀ ਉੱਥੇ ਜਾਇਆ ਪਹਿਲੇ આરોਪ ਲੋਕਾਂ ਦੇ ਇਹ ਵੀ ਆ ਵੀ ਕੁਝ ਪੁਲਿਸ ਅਸਸ ਜਿਹੜੇ ਆ ਉਹ ਆਪਣਾ ਪੈਸਾ ਇਹਨਾਂ ਦੇ ਥਰੂ ਲਾਂਦੇ ਆ ਆ ਦੇਖੋ ਫਿਰ ਲਾਂਦੇ ਆ ਕੱਲ ਅਖਬਾਰ 'ਚ ਵੀ ਸਾਰਾ ਆਇਆ ਸੀ ਆਪਾਂ ਅੱਗੇ ਵੀ ਕੀਤਾ ਸੀ ਸਾਰਾ ਕਰਕੇ ਜਿਹੜੀ ਖਬਰ ਕੀਤੀ ਜੀ 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 ਪੀ ਵਾਂਦੇ ਆ ਕੋਈ ਵਿਆਜ ਤੇ ਪੈਸੇ ਚੜਾ ਦੇ ਆਪਣੇ ਦੂਜਾ ਅੱਜ ਉਹਨਾਂ ਨੇ ਕੀਤਾ ਜਿਹੜਾ ਟਵੀਟ ਕੀਤਾ ਡੀਜੀਪੀ ਸਾਹਿਬ ਨੂੰ ਵੀ ਨਾਲ ਕੀਤਾ ਜੀ ਉਹਨਾਂ ਕਹਿੰਦੇ ਵੀ ਰਾਜਨੀਤਾਂ ਤੇ ਪੁਲਿਸ ਦਾ ਨੈਕਸਸ ਤੋੜਨ ਲਈ ਸੂਹ ਕੋਣੀ ਖਾਏਗੀ ਆਂਦੇ ਪੀ ਵੀ ਸੂਹ ਖਵਾਦ ਨਹੀਂ ਇੱਕ ਉਥੇ ਜੀ ਵੀ ਰਾਜਨੀਤਾਨ ਦੇ ਬਿਲ ਪੁਲਸ ਦਾ ਨੈਕਸਸ ਹੈਗਾ ਵੀ ਇਹ ਵੀ ਤੋੜਾਂਗੇ ਜਿਹੜਾ ਗੈਂਗਸਟਰਵਾਦ ਦਾ ਨਸ਼ੇ ਦਾ ਨੈਕਸਸ ਵੀ ਤੋੜ ਦੇਣਾ ਚਾਹੀਦਾ ਨਾ ਹਾਂ ਵੀ ਉਹ ਵੀ ਸੌਂਖ ਖਵਾ ਦਿੰਦੇ ਵੀ ਕੋਈ ਵੀ ਪੁਲਿਸ ਵਾਲਾ ਆਪਣੇ ਇਲਾਕੇ ਚ ਨਾ ਜੂਆ ਹੁੰਦਾ ਹੈਗਾ ਨਾ ਦੜਾ ਸੱਟਾ ਹੁੰਦਾ ਹੈਗਾ ਨਾ ਨਸ਼ਾ ਵੀ ਕਰਦਾ ਹੈਗਾ ਨਾ ਹੀ ਕੋਈ ਗਲਤ ਕੰਮ ਹੁੰਦਾ ਹੈਗਾ ਇਹ ਸੌ ਨਾਲ ਖਵਾ ਦੇ ਵੀ ਇਹ ਉਹਨਾਂ ਲੋਕਾਂ ਵਾਸਤੇ ਇੱਕ ਐਗਜ਼ੈਂਪਲ ਸੈੱਟ ਕਰਨੀ ਸੀ ਜਿਨ੍ਹਾਂ ਕੋਲੋਂ ਅਸੀਂ ਐਕਸਪੈਕਟ ਕਰਦੇ ਆਂ ਵੀ ਜਿਨ੍ਹਾਂ ਨੂੰ ਅੱਜ ਅਸੀਂ ਸੌਂਖ ਖਵਾ ਰਹੇ ਆਂ ਵੀ ਉਹ ਸਾਡੀ ਸੌਂਖ ਦਾ ਸਾਮਾਨ ਰੱਖਣ ਆੰਦੇ ਇਹਨਾਂ ਸਾਰੇ ਸੌਖਾ ਦੀਆਂ ਨੌਕਰੀ ਜਾਈ ਹੀ ਪੁਲਿਸ ਨੌਕਰੀ ਜਾਈ ਹੀ ਜਾਂ ਸਰਦਾਂ ਮੰਤਰੀ ਬਣੇ ਜਾਂ ਐਮਐਲਏ ਬਣੇ ਨਾ ਵੀ ਸੌਖਾ ਗਾਦੀਆਂ ਆਈ ਨਾ ਇਹ ਸਵਿਧਾਨ ਦੀ ਰੱਖਿਆ ਕਰਾਂਗੇ ਇਹ ਗਲਤ ਬੰਦੇ ਨਾਲ ਨਹੀਂ ਸੰਬੰਧ ਰੱਖਾਂਗੇ ਤਾਂ ਆੰਦੇ ਵੀ ਇਹਨਾਂ ਵਾਸਤੇ ਤੇ ਹੀ ਕੀ ਕੀਤਾ ਜੇ ਇਹਨਾਂ ਵਾਸਤੇ ਦਰਵਾਜ਼ੇ ਕੀ ਕੀਤਾ ਦੇਖੋ ਬੜਾ ਵਧੀਆ ਗੱਲ ਕਹੀ ਉਹਨਾਂ ਨੇ ਦੋ ਬਾਰ ਕਿੰਨਾ ਹੈ ਹੁਣ ਅੱਜ ਹੀ ਦੇਖੋ ਤੁਹਾਡੇ ਤੁਸੀਂ ਉਹ ਪੜ੍ਹੀ ਵੀ ਹੈ ਰਿਪੋਰਟ ਵੀ ਇੱਕ ਬੰਦਾ ਫੜਿਆ ਰਾਜਸਥਾਨ ਨੇ ਫੜਿਆ ਤੇ ਉਹ ਗਿਆ ਖੈਰ ਮੁੰਬਈ ਤੋਂ ਤੇ ਉਹ ਕਹਿੰਦੇ ਵੀ 68 ਖਾਤੇ ਖਲਾ ਕੇ ਤੇ 2000 ਕਰੋੜ ਰੁਪਏ ਦਾ ਤੇ ਕਹਿੰਦੇ ਜੀ ਇੱਥੇ ਵੀ ਜੋ ਸੂਚਨਾ ਜੋ ਲੋਕ ਦੱਸਦੇ ਆ ਸਾਨੂੰ ਪੁਲਿਸ ਵਾਲੇ ਹੀ ਕਹੀ ਦੱਸਦੇ ਨੇ ਉਹ ਕਹਿੰਦੇ ਯਾਰ ਸਾਡਾ ਨਾਂ ਨਾ ਲਿਓ ਪਰ ਇੱਕ ਇੱਕ ਕਿੰਨੇ ਕੇਈ ਕਰੋੜਾਂ ਦਾ ਕਾਰੋਬਾਰ ਰੋਜ਼ ਦਲਾ ਛਟਾ ਕਾਰੋਬਾਰ ਕਰਦੇ ਨੇ ਇਹਨਾਂ ਨੇ ਆਪਣੇ ਬੰਦੇ ਰੱਖੇ ਆ ਨਾਲ ਪਰਚੀਆਂ ਲਾਣ ਵਾਸਤੇ ਕਲੈਕਸ਼ਨ ਕਰਨ ਵਾਸਤੇ ਫਿਰ ਲੋਕਾਂ ਦੇ ਘਰ ਜਾ ਕੇ ਉਹਨਾਂ ਨੂੰ ਧਮਕਾਉਣ ਵਾਸਤੇ ਇੱਕ ਪੂਰਾ ਆਰਗੇਨਾਈਜ਼ਡ ਕ੍ਰਾਈਮ ਹੈ ਉਹ ਆਰਗੇਨਾਈਜ਼ਡ ਕ੍ਰਾਈਮ ਹੈ ਜੀ ਉਹ ਜਲਾਸਾ ਨੇ ਵੀ ਕਿਹਾ ਹੁੰਦੇ ਪੀ ਆਓ ਸਾਰੇ ਅਸੀਂ ਇਹ ਪਵਿੱਤਰ ਸ਼ਹਿਰ ਨੂੰ ਨਸ਼ੇ ਤੋਂ ਗੈਂਗਸਟਰਾਂ ਤੋਂ ਸੱਤੇ ਬਾਜਾਂ ਤੋਂ ਮੁਕਤ ਕਰਾਉਣ ਲਈ ਸੋਚੂ ਚੁੱਕੀਏ ਤੇ ਪਰਮਾਤਮਾ ਅਗੇ ਅਰਦਾਸ ਕਰੀਏ ਬਿਲਕੁਲ ਠੀਕ ਗੱਲ ਗਈ ਆ ਜੀ ਅੱਜ ਇਹਦੇ ਵਿੱਚ ਇਹ ਵੀ ਸੋਪਵਾ ਦਿੰਦੇ ਪੁਲਿਸ ਵਾਲਿਆਂ ਨੂੰ ਅਰਦਾਸ ਕਰ ਦਿੰਦੇ ਨਾਲ ਤੇ ਕਿੰਨੀ ਵਧੀਆ ਗੱਲ ਹੋਣੀ ਅਬ ਬਿਲਕੁਲ ਠੀਕ ਹੈ ਲੈ ਵੀ ਇਹਨਾਂ ਨੂੰ ਇਹਨਾਂ ਨੂੰ ਦੇਖੋ ਜੀ ਪੁਲਿਸ ਦੀ ਤੇ ਨਿਤਤਮਾਂ ਦੀ ਮਰਜ਼ੀ ਤੋਂ ਬਗੈਰ ਨਾ ਡੜਾ ਸਟਾ ਚੱਲ ਸਕਦਾ ਜੇ ਨਾ ਗੈਂਗਸਟਰਵਾਦ ਚੱਲ ਸਕਦਾ ਨਾ ਜੇਲਾ 'ਚ ਮੋਬਾਈਲ ਮਿਲ ਸਕਦੇ ਨਾ ਜੇਲਾਂ ਦੇ ਵਿੱਚੋਂ ਨੈੱਟਵਰਕ ਚੱਲ ਸਕਦੇ ਨਾ ਜੇਲਾਂ 'ਚ ਮੋਬਾਈਲ ਜਾ ਸਕਦੇ ਜੇ ਕੀ ਕਰਨ ਬੰਦੇ ਅਦਰ ਕਹਿੰਦੇ ਜੀ ਇਹ ਆ ਵੇਖੋ ਵੀ ਜਿਹੜਾ ਬੰਦਾ ਕੋਈ ਵੱਡਾ ਐਨਡੀਪੀਐਸ ਦਾ ਜਦ ਤਕੜਾ ਬੰਦਾ ਫੜਿਆ ਜਾਂਦਾ ਅਗਲੇ ਦਿਨ ਹੀ ਹਸਤਾਖਰਾਂ ਦੇ ਅੰਦਰ ਹੋ ਜਾਂਦਾ ਜਦੋਂ ਉਹਦੀ ਬੇਲ ਹੁੰਦੀ ਬਿਲਕੁਲ ਠੀਕ ਠਾਕ ਹੋ ਕੇ ਚੱਲ ਜਾਂਦਾ ਉਹਨੂੰ ਕਦੀ ਬਿਮਾਰੀ ਲੱਗਦੀ ਨਾ ਪਹਿਲੇ ਲੱਗਦੀ ਨਾ ਬਾਅਦ ਚ ਲੱਗਦੀ ਦੇਖੋ ਕਿੰਨੀ ਵਾਰੀ ਕਰ ਚੁੱਕੇ ਕਹਿ ਚੁੱਕੇ ਆ ਸਰਕੇਸ਼ ਜੀ ਪਹਿਲੇ ਤੇ ਦੇਖੋ ਨੌਜਵਾਨ ਸਾਡੇ ਬੱਚੇ ਹੁਣ ਬੱਚੀਆਂ ਵੀ ਇਸ ਜਿਹੜੀਆਂ ਇੱਕ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਰਹੀਆਂ ਇਸ ਕਰਕੇ ਬਹੁਤ ਐਸੋਲੇ ਪੰਜਾਬ ਤੂ ਉੱਜੜ ਗਿਆ ਕੈਨੇਡਾ ਦੇ ਵਿੱਚਰ ਕੇਸ ਜੀ ਜਾ ਰਹੇ ਨੇ ਕੈਨੇਡਾ ਦੀ ਵੀ ਇੱਕ ਰਿਪੋਰਟ ਆਈ ਜੇ ਵੀ ਉੱਥੇ ਜੋ ਇੱਕ ਲਿਮਟ ਤੈਅ ਕੀਤੀ ਨਾਲ ਕੇਸ਼ ਜੀ ਬੱਚਿਆਂ ਦੀ ਵੀ ਸ਼ਰਾਬ ਇੰਨੀ ਪੀਨੀ ਉਹਨਾਂ ਨੇ 15 ਜਿਹੜੇ ਬੱਚੇ ਛੋਟੀ ਉਮਰ ਚ ਚਲ ਜਾਂਦੇ ਨੇ 18 19 ਸਾਲ ਦੇ 50% ਤੋਂ ਵੱਧ ਜਿਹੜੀ ਹੈ ਸ਼ਰਾਬ ਉਥੇ ਪੀਣ ਲੱਗੇ ਇੱਕ ਰਿਪੋਰਟ ਨਸ਼ਰ ਹੋ ਗਈ ਜੇ ਤੇ ਲੋਕ ਚਿੰਤਿਤ ਨੇ ਵੀ ਤੁਸੀਂ ਇੱਥੋਂ ਬਿਮਾਰੀ ਤੋਂ ਬਚਣ ਲਈ ਬੱਚੇ ਉਥੇ ਭੇਜ ਰਹੇ ਹੋ ਤੇ ਉਥੇ ਵੀ ਗੰਦ ਪੈ ਗਿਆ ਨਸ਼ਿਆਂ ਦੇ ਲੱਗੇ ਜੀ ਮੇਰੇ ਇੱਕ ਦੋਸਤ ਦਾ ਬੇਟਾ ਇਥੇ ਬਹੁਤ ਨੌਜਵਾਨ ਹਟਾਕਟਾ ਵਧੀਆ ਆਸਟ੍ਰੇਲੀਆ ਗਿਆ ਨਸ਼ੇ ਤੇ ਲੱਕੇ ਆ ਗਿਆ ਉਹ ਬੰਦਾ ਬੱਚਾ ਪਛਾਣਿਆ ਨਹੀਂ ਜਾਂਦਾ ਜਦੋਂ ਮਾਂ ਪਿਓ ਤੇ ਦੂਰ ਦੇ ਤੇ ਨਹੀਂ ਉਹਦਾ ਤੇ ਕੰਟਰੋਲ ਹੀ ਨਹੀਂ ਕਿਸੇ ਦਾ ਤੇ ਬੱਚੇ ਬਾਣੀ ਸੰਕਤੀ ਚ ਪੈ ਜਾਂਦੇ ਆ ਕੀ ਜੀ ਉਹ ਬੰਦੇ ਬੰਦਿਆਂ ਨੂੰ ਚਾਹੀਦਾ ਵੀ ਉਹ ਤੜਾ ਤੜ ਬੱਚਿਆਂ ਨੂੰ ਐ ਭੇੜ ਚਾਲ ਵਾਂਗੂ ਨਾ ਭੇਜੋ ਬਾਰਾ ਉਹ ਆਪਾਂ ਕਹਿੰਦੇ ਦੜਾ ਸਟੇ ਦੀ ਗੱਲ ਉਹ ਜਿਹੜੇ ਦਲਾ ਸਟੇ ਕਹਿੰਦੇ ਜਿਹੜਾ ਬੜੀਆਂ ਲੰਬੀਆਂ ਜੀ ਤਿੰਨ ਤੋਲੇ ਦਾ ਗੜਾ ਪਾ ਗਏ ਤੇ ਇਹਨਾਂ ਤੇ ਕਿਲੋ 2 ਗੱਲੋ ਸੋਨਾ ਤੇ ਰੋਇ ਬਣਾ ਲਾ 2 ਕਿਲੋ ਕਿ 10 10 ਕਿਲੋ ਸੋਨਾ ਬਣਾ ਲੈਣਦੇ ਆਂਦੇ ਵੀ 5 5 ਲੱਖ ਰੁਪਇਆ ਰੋਜ਼ ਦਾ 10 10 ਲੱਖ ਇਹਨਾਂ ਦੀ ਕਮਾਈ ਆ ਲੱਖ ਕਰੋੜ ਕਰੋੜ ਬਦੀ ਕਲੈਕਸ਼ਨ ਹੈ ਰੋਈ ਦੀ ਕਲੈਕਸ਼ਨ ਹੈਗੀ ਇਹਨਾਂ ਦੀ ਫਿਰ ਵੇਖੋ ਵੀ ਹੁਣਾਂ ਦੇ ਵੀ 2 ਜੋ 2000 ਕਰੋੜ ਦਾ ਲੈਣ ਦੇਣ ਦਾ ਪਤਾ ਲੱਗਾ Rajasthan ਦੀ ਪੁਲਿਸ ਨੇ ਪ੍ਰਤਾਪਗੜ੍ਹ ਵਿੱਚ ਮਹਾਦੇਵ ਬੁੱਕ ਐਪ ਜਿਹੜੀ ਇੱਕ ਚੱਲਦੀ ਉਹਦੇ ਸਰਗਣਾ ਨੂੰ ਗ੍ਰਿਫਤਾਰ ਕਰ ਲਿਆ ਜੀ ਤੇ ਉਹ ਸਰਗਣਾ ਦਾ ਪੜਿਆ ਗਿਆ ਜੀ ਉਥੋਂ ਮੁੰਬਈ ਛਤਰਪਤੀ ਸ਼ਿਵਾਜੀ ਮੁੰਬਈ ਛਤਰਪਤੀ ਸ਼ਿਵਾਜੀ ਟਰਮੀਨਲ ਤੋਂ ਉਹਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਉਹਦਾ ਨਾਮ ਬਿਨਗਾ ਮਿਸ਼ਰਾ ਜੀ ਤੇ ਵੇਖੋ ਵੀ ਇਹ ਕੀ ਕਰਦਾ ਲੇਕਿਨ ਸਰ ਲੋਕਾਂ ਨੂੰ ਕਿਹਾ ਵੀ ਤੁਹਾਨੂੰ ਨਾ ਸਰਕਾਰੀ ਸਕੀਮਾਂ ਦਾ ਫਾਇਦਾ ਦੇਣਾ ਖਾਤੇ ਖੋਲ ਲੈਂਦੇ ਆ ਜੀ ਉਹ 68 ਖਾਤੇ ਫੜੇ ਕਿਤੇ 2000 ਕਰੋੜ ਰੁਪਏ ਦਾ ਇਹ ਲੈਂਦੇ ਨੇ ਹੋਇਆ ਜੇ ਤੇ ਜਿਹੜਾ ਮਹਾਦੇਵ ਐਪ ਦਾ ਅਸਲ ਬੰਦਾ ਸੌਰਵ ਚੰਦਰਾਕਰ ਤੋਂ ਤੱਕ ਯਾਰ ਹੀ ਇਹ ਜੁਸਤੀ ਦੀ ਕੰਮ ਕਰਦੇ ਹੁੰਦੇ ਸੀ ਜੀ ਇਹ ਜਿਹੜੇ ਸਿੱਟੇ ਆ ਬਕੀਆਂ ਲੈਂਦੇ ਸੀ ਇਹ ਹਰਗੇ ਪੈਸੇ ਬੁਹਾਰਗੇ ਲੋਕੀ ਤੇ ਇਹਨਾਂ ਨੇ ਵਿਆਜੀ ਚੋਕੇ ਜੋਗਾ ਲਾਤੇ ਉਹ ਤੁਹਾਨੂੰ ਪਤਾ ਬਕੀਆਂ ਦਾ ਨੈਟਵਰਕ ਬੜਾ ਤਗੜਾ ਜੀ ਉਹ ਆ ਗਏ ਇਹਨਾਂ ਕੋ ਪੈਸੇ ਦੇਓ ਸਾਨੂੰ ਇਹ ਉਥੋਂ ਦੁਕਾਨ ਛੱਡ ਕੇ ਭੱਜ ਗਏ ਇਹ ਚਲ ਗਏ ਦबई ਦबई ਉਥੇ ਜਾ ਕੇ ਇਹਨਾਂ ਨੇ ਆਪਣੀ ਐਪ ਚਲਾ ਲਈ ਵਾਹ ਦੇ ਐਪ ਤੇ ਵੇਖੋ ਜੀ ਅਰਬਾਪਤੀ ਬਣ ਗਏ ਇਹ ਜਿਹੜਾ ਬੰਦਾ ਵਾ ਸੁਰਜ ਚਦਰਾਕਰਾਂ ਦੇ ਵੀ ਤੇ ਦੌਦ ਦੇ ਨਾਲ ਵੀ ਹੱਥ ਮਲਾ ਲਿਆ ਦਾ ਭਰਾ ਵਾ ਮੁਸਤਕੀਨ ਉਹਦੇ ਨਾਲ ਰਲ ਕੇ ਹੈਗਾ ਇੱਕ ਇਹਨਾਂ ਦਾ ਖੇਲ ਹੋਇਆ ਐਪ ਸ਼ੁਰੂ ਕਰਤੀ ਆ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਚੰਗੀ ਚੱਲਦੀ ਆ ਉੱਤੇ ਵੀ ਆਂਦੇ ਵੀ ਰੋਜ਼ ਕਰੋੜਾ ਰੁਪਏ ਦਾ ਫਟਾ ਲੱਗਦਾ ਜੀ ਤੇ ਇਹ ਬੰਦੇ ਨੇ ਆਪਣੇ ਵਿਆਹ ਦੇ ਉੱਤੇ 200 ਕਰੋੜ ਰੁਪਏ ਦਾ ਖਰਚਾ ਕੀਤਾ ਅੱਗੇ ਵੀ ਪੂਰੀ ਖਬਰ ਕੀਤੀ ਸੀ ਆਪਣੇ ਬਾਲੀਵੁੱਡ ਦੇ ਐਕਟਰ ਜਿਹੜੇ ਆ ਉਹ ਧਗੇ ਹੀ ਜਿਹੜੇ ਉਹਨਾਂ ਏਡੀ ਦੀ ਏਡੀ ਦੀ ਹੋਣਾ ਆ ਗਏ ਰਡਾਰ ਦੇ ਉੱਤੇ ਉਹਨਾਂ ਨੂੰ ਪੁੱਛ ਗਏ ਸੀ ਨੋਟਿਸ ਹੋ ਗਏ ਯਾਰ ਰਣਵੀਰ ਕਪੂਰ ਨੀਹਾ ਕਾ ਕੜਕਾ ਪਾਲ ਜਰਮਾ ਕਈ ਅਗੇ ਅੱਜ ਡਾਂਸ ਕਰਨ ਗਏ ਉਹਨਾਂ ਨੂੰ ਪੈਸੇ ਦਿੱਤੇ ਇਹਨੇ ਆਪਣੇ ਰਿਸ਼ਤੇਦਾਰਾਂ ਨੂੰ ਜਾਣ ਲਈ ਪ੍ਰਾਈਵੇਟ ਪਲੇਨ ਬੁੱਕ ਕਰਦੇ ਦੇਖੋ ਵੀ ਅੰਨੀ ਕਮਾਈ ਹੈ ਧੜੇ ਸਿੱਧੇ ਜ ਹੁਣ ਲੋਕੀ ਜਦੋਂ ਵੇਂਦੇ ਆ ਵੀ ਇੱਕ ਯਾਰ ਬੰਦਾ ਆਵੇ ਕਿਤੇ ਮੜਾ ਮੋੜਾ ਕੰਮ ਕਰਦਾ ਹੈ ਕਿ ਵੇ ਸਿੱਕੇ ਕੋ ਲੱਗਾ ਹੀ ਜਾਂ ਕੋਈ ਹੋਰ ਕੁਆੜ ਕੁਵਟ ਇਕੱਠਾ ਕਰਦਾ ਹੈ ਵੇਖੋ ਇਹ ਤੇ ਕਰੋੜਪਤੀ ਬਣ ਗਰਮਾ ਬਣ ਪਈ ਇਵਾਂ ਡਿਵਿਡੈਂ ਮਹਿਲ ਖੜੇ ਕਰ ਲਏ ਨੇ ਇਹਦੇ ਥੱਲੇ ਹੁਣ ਵੇਖੋ 2 200 400 500 ਬੰਦਾ ਇਕੱਠਾ ਕਰਨ ਰਿਹਾ ਜਿਹਨਾਂ ਨੇ ਇਹ ਵੀ ਰੱਖੀਆਂ ਇਹਨਾਂ ਨੇ ਇਹ ਕਿਸੇ ਦੇ ਪ੍ਰੈਸ਼ਰ ਬਣਾ ਲਈ ਨਾ ਜਾਰੀ ਬਣਾ ਲਈ ਝੂਠੇ ਕੇਸ ਪਵਾਉਂਦੇ ਆ ਕੇ ਕੀ ਰੇਪ ਦਾ ਪਵਾ ਦੇ ਕੇ ਕੋਈ ਛੇੜਖਾਦੀ ਦਾ ਪਵਾ ਦਿੰਦੇ ਆ ਪੁਲਿਸ ਨਾ ਰਹੀ ਆ ਇਹਨਾਂ ਦਾ ਕਹਿੰਦੇ 1 ਮਿੰਟ ਜਗੇ ਇਥੇ ਡਿਸਟ੍ਰਿਕਟ ਦੂਜਾ ਬੰਦਾ ਰੋਲਾ ਪਾਉਂਦਾ ਰਹੇ ਕੋਈ ਕੇਸ ਨਹੀਂ ਰਜਿਸਟਰ ਕਰਦੇ ਹੁਣ ਆਪਾਂ ਹੀ ਆਇਆ ਇੱਕ ਸਾਡੇ ਰਿਲੇਟਿਵ ਹੀ ਉਹਦੇ ਹਸਪੀਟਲ ਦੇ ਇੱਕ ਮਰੀਜ਼ ਦਾਖਲ ਹੋਇਆ ਜੀ ਮਰੀਜ਼ ਦਾਖਲ ਹੋ ਗਿਆ ਮਰੀਜ਼ ਦੇ ਜਿਹੜਾ ਜਦੋਂ ਦਾਖਲ ਹੋਇਆ ਉਹਨਾਂ ਨੇ ਖੂਨ ਲਾਏ ਦੋ ਤੇ ਵੇਖਿਆ ਵੀ ਇਹਦੇ ਵੱਧ ਨਹੀਂ ਰਿਹਾ ਐਚਪੀ ਨੇ ਵੱਧ ਰਿਹਾ ਪਲੇਟਲਰ ਨਹੀਂ ਉਹਨਾਂ ਨੂੰ ਕਿਹਾ ਵੀ ਕਿਸੇ ਵੱਡੇ ਇੰਸਟੀਚਿਊਸ਼ਨ 'ਚ ਲੈ ਜਾਓ ਇਹਨੂੰ ਕਿਤੇ ਲੋਡ ਪੈ ਸਕਦੀ ਹੈ ਜੀ ਜੀ ਉਹ ਬੰਦੇ ਜੀ 50 ਬੰਦੇ ਆ ਕੇ ਗੁੰਡਾਗਰਦੀ ਕਰਦੇ ਇੱਥੇ ਸ਼ੁਰੂ ਹਸਪਤਾਲ ਦੇ ਵਿੱਚ ਆ ਗਏ ਜੀ ਮੈਸੇਜ ਪਾਏ ਮੈਂ ਵੀ ਮੈਸੇਜ ਪਾਏ ਪੁਲਿਸ ਨੂੰ ਬੜੇ ਮੈਸੇਜ ਪਾਏ ਚਲੋ ਤੁਹਾਡੇ ਫੋਨ ਤੇ ਬੜੀ ਮਿਹਰਬਾਨੀ ਐ ਐਸਐਚ ਸੁਲਮਾਨਾਬਾਦ ਦੀ ਉਹਨੇ ਘੰਟੇ ਘਬਾਠਾਂ ਦਾ ਰ ਭੇਜਤਾ ਉਹ ਚਾਹਿਆ ਆਹ ਬੱਥੋ ਜੋੜ ਕੇ ਬੰਦੇ ਗੁੰਝ ਕਰਕੇ ਥੇਣਾ ਹੁੰਦਾ ਕੀਤਾ ਕੰਮ ਨੂੰ ਤੇ ਤੌਰ ਤੇ ਮਰੀਜ਼ ਬੜੀ ਮੁਸ਼ਕ ਰਾਹ ਜਾਂਦੇ ਹੀ ਰੋਲਾ ਪਾਵਾਂਗੇ ਲੋ ਜੀ ਲੈ ਗਏ ਅਗਲੇ ਦਿਨ ਰਾਤ ਫੇਰ ਪਹੁੰਚ ਗਏ 1:30 ਵਜੇ ਅਥੇ ਹੁਲਨਵਾਜੀ ਜੀ ਜਿਹੜੀ ਪੈਸੇ ਦਿਓ ਜੀ ਸਾਡੇ ਪੈਸੇ ਫੇਰ ਉਹ ਲੜਵਾਜੀ ਕੀਤੀ ਕੀ ਵਿਪਾਦ ਕਰੂ ਬੰਦਾ ਕੋਈ ਹੁੰਦੀ ਜਾਂਦੇ ਵੀ ਬਾਹਰੋਂ ਇੱਥੇ ਇੰਡਸਟਰੀ ਸਮਿਟ ਕਰਾਂਦੇ ਜੀ ਫਿਰ ਸ਼ਬ ਫਿਰ ਉਹਦੀ ਕੰਪਲੇਂਟ ਪਾਈ 7 ਦਿਨ ਹੋ ਗਏ ਯੂਏਡੀ ਨੰਬਰ ਆ ਗਿਆ ਜਾਂ ਤੱਕ ਵੀ ਇਹਨਾਂ ਸਭ ਮਿਲ ਨਹੀਂ ਚੈੱਕ ਕਰਦੇ ਜੀ ਡੀਜੀਪੀ ਉਹਨਾਂ ਨੰਬਰ ਆ ਗਿਆ ਕੰਪਲੇਟ ਦਾ ਸੀਐਮ ਉਹਨਾਂ ਆ ਗਿਆ ਵੀ ਮੇਲੇ ਇੱਥੇ ਭੇਜ ਕੇ ਕਹੇ ਨੇ 7 ਦਿਨਾਂ ਚ ਪੁੱਛ ਨਹੀਂ ਦੇ ਅਹੀ ਇੱਕ ਲੀਡਰ ਸਾਹਿਬ ਹਨ ਵਿੱਚ ਪਾ ਕੇ ਸਮਾਜ ਦੇ ਤੇ ਉਹ ਮਾਮਲੇ ਨੂੰ ਨਿਬਟਾਇਆ ਉਹਨਾਂ ਨੂੰ ਨਿਬਟਾਤਾ ਪੁਲਿਸ ਨੇ ਨਹੀਂ ਪੁੱਛਿਆ ਕੀ ਅੱਜ ਪੁਲਿਸ ਇਹ ਸੋਹ ਨਹੀਂ ਕਹਿੰਦੀ ਵੀ ਅਸੀਂ ਲੋਕਾਂ ਨੂੰ ਇਨਸਾਫ ਦੇਵਾਂਗੇ ਲੋਕਾਂ ਦੀ ਸ਼ਿਕਾਇਤਾਂ ਕਿ ਤਰੁ ਜਿਹਦੇ ਕਰਕੇ ਤੁਹਾਨੂੰ ਲੱਗਾ ਵੀ ਜਿਹੜੀ ਸ਼ਿਕਾਇਤਾਂ ਪਈਆਂ ਨਹੀਂ ਲੱਗਦੇ ਤੁਰਨੀ ਨਹੀਂ ਫਿਰ ਮੇਲਾ ਦਿੱਤੀਆਂ ਕਿਉਂ ਨੇ ਜੇ ਮੇਲਾ ਵੇਖਣੀਆਂ ਹੀ ਨਹੀਂ تھیں۔ ਜੇ ਦੀ ਵਟਸਐਪ ਵੇਖ ਕੇ ਉਹਦਾ ਰਿਪਲਾਈ ਨਹੀਂ ਕਰਨਾ ਜੇ ਇੱਕ ਮੁਖੀ ਨੇ ਜਿਹੜੇ ਦਾ ਵਟਸਐਪ ਇੱਕ ਰਿਪਲਾਈ ਕਰੂਗਾ ਤੇ ਬਾਕੀ ਥੱਲੇ ਕੀ ਕੰਮ ਕਰੇ ਮੈਸੇਜ ਕੀ ਜਾਏਗਾ ਬਿਲਕੁਲ ਤਰੀਕਾ ਨਹੀਂ ਮੈਸੇਜ ਬੜਾ ਗਲਤ ਜਾਂਦਾ ਫਿਰ ਪ੍ਰੈਸ ਨਾਲ ਇਦਾਂ ਦਾ ਕੰਮ ਹੋਊ ਤੇ ਆਮ ਜਨਤਾ ਨਾਲ ਕੀ ਹੁੰਦਾ ਹੋ ਆਮ ਜਨਤਾ ਤੇ ਰਾਬੀ ਰੱਖਾ ਕਰਕੇ ਜੀ ਤੇ ਆਮ ਜਨਤਾ ਦਾ ਰਾਬੀ ਰੱਖਾ ਨਾ ਇਹੇ ਗੱਲ ਨੂੰ ਤਲਵੀਰ ਗੇਲਣਾ ਨੇ ਕਹੀ ਆ ਉਹ ਆਂਦੇ ਵੀ ਜਗਾ ਹੁੰਦਾ ਪਏ ਜੇ ਵੀ ਸੋਖ ਹੁੰਦੇ ਵੀ ਅਸੀਂ ਆਪਣਾ ਪੁਲਿਸ ਨੂੰ ਸੋਖ ਹੁੰਦੇ ਵੀ ਅਸੀਂ ਆਪਣਾ ਕੰਮ ਤੰਦ ਹੀ ਨਾ ਕਰਾਂਗੇ ਆਪ ਦੇਖੋ ਲੋਕਾਂ ਨੂੰ ਇਨਸਾਫ ਦੇਵਾਂਗੇ ਜਿਹੜਾ ਬੰਦਾ ਇਨਸਾਫ ਅਸੀਂ ਨਹੀਂ ਦੇ ਰਹੇ ਲੋਕ ਥਕੇ ਖਾਰੇ ਆ ਇਹ ਸੱਚ ਤੇ ਆ ਵੇਖੋ ਕਿ ਬੰਦਾ ਥਾਣੇ ਜਾਣ ਤੋਂ ਡਰਨ ਲੱਗ ਗਿਆ ਤੁਸੀਂ ਦੇਖੋ ਨਾ ਜਲੰਧਰ ਕੀ ਹਾਲਾਤ ਹੋਇਆ ਸੀ ਦੋ ਬੰਦੇ ਪਰਾ ਜਿਹੜੇ ਖੁਦਕੁਸ਼ੀ ਕਰ ਗਏ ਉਹ ਨਵਦੀਪ ਐਸੋਚੋ ਸਾਹਿਬ ਜਿਹੜੇ ਨੇ ਹਜੇ ਤੱਕ ਦੇਖੋ ਫੜੇ ਨਹੀਂ ਗਏ ਉਹ ਵੀ ਉਹਨਾਂ ਨੂੰ ਵੀ ਮਿਲ ਜਾਣੀ ਚਲੋ ਕਿਤੇ ਬੇਲਤਰਕੇਸ਼ ਜੀ ਦੇਖੋ ਜੇ ਰਾਜੀਤ ਨੂੰ ਮਿਲ ਸਕਦੀ ਉਹਨੂੰ ਕਿਉਂ ਨਹੀਂ ਪਰ ਸਵਾਲ ਇਹ ਆ ਕਿ ਜੀ ਵੀ ਆਮ ਬੰਦਾ ਤੇ ਥਾਣੇ ਜਾਣ ਤੋਂ ਡਰਨ ਲੱਗ ਗਿਆ ਸੁਹਾਰਦ ਪੈਦਾ ਕਰੋ ਵੀ ਉਥੇ ਸ਼੍ਰੀਮਾਨ ਜੀ ਨਾਲ ਗਾਓ ਲੋਕਾਂ ਦੀ ਗੱਲ ਵੀ ਸੁਣੋ ਤੁਸੀਂ ਤੁਹਾਨੂੰ ਪੈਸੇ ਮਿਲਦੇ ਆ ਯਾਰ ਉਸ ਕੰਮ ਦੇ ਥਾਣਾ ਤੁਸੀਂ ਤੁਹਾਡੀ ਕੋਈ ਦੁਕਾਨ ਥਾਣੇ ਚ ਅੱਜ ਤੁਸੀਂ ਹੈਗੇ ਉਹ ਕੱਲ ਕੋਈ ਹੋਰ ਆ ਜਾਏਗਾ ਲੋਕਾਂ ਦੇ ਪੈਸੇ ਨਾਲ ਰੋਣਾ ਜੀ ਪੁਲਿਸ ਦੋਹਾਂ ਪਾਰਟੀਆਂ ਕੋ ਤੜਾ ਤੜ ਪੈਸੇ ਲੈ ਜਾਂਦੀ ਆ ਇੱਥੇ ਇੱਕ ਦੋ ਭਰਾਵਾਂ ਦੇ ਫਾਰਮ ਹੌਸਾ ਜੀ ਉਹਨਾਂ ਆਪਣੇ ਆਪਣੇ ਮੈਨੇਜਰ ਖੇ ਭਰਾਵਾਂ ਹੀ ਫਿੱਕੇ ਪੈ ਗਈ ਇੱਕ ਉਹ ਕਹਿੰਦਾ ਮੇਰੇ ਮੈਨੇਜਰ ਦੀ ਗੱਲਾਂ ਸੁਣ ਦੂਜਾ ਕਹਿੰਦਾ ਮੇਰੇ ਮੈਨੇਜਰ ਦੀ ਸੁਣ ਦੋਹਾਂ ਦਾ ਝਗੜਾ ਹੋ ਗਿਆ ਇੱਕ ਦੀ ਦਸਤਾਰ ੋਲੀ ਗਈ ਦੀ ਦਾੜੀ ਜੜੀ ਪੱਟੀ ਗਈ ਉਹਨੇ ਕਮਿਸ਼ਨਰ ਸਾਹਿਬ ਕੋਲ ਪੇਸ਼ ਹੋਇਆ ਕਮਿਸ਼ਨਰ ਸਾਹਿਬ ਨੇ ਸ਼ੁਕਰ ਆ ਉਹਨੂੰ ਮਿਲੇ ਚੰਗੀ ਤਰ੍ਹਾਂ ਦੀ ਗੱਲ ਸੁਣੀ ਐਡੀਐਸ ਵੀ ਨੂੰ ਮਾਰਕ ਕੀਤੀ ਐਡੀਐਸ ਵੀ ਸਾਹਿਬ ਮਿਲੇ ਨਹੀਂ ਚਲੋਣਾ ਫੋਨ ਤੇ ਕਹਿ ਕੇ ਪਰਚਾ ਦਾ ਜਕਰਾਤਾ ਅਜੇ ਤੱਕ ਬੰਦੇ ਨਹੀਂ ਫੜੇ ਗਏ ਪਰਚਾ ਦਰਜ ਕਰਨ ਵਾਲੇ ਕੋਈ ਪੈਸੇ ਲੈ ਲੇਗੇ ਤੇ ਕਰਾਉਣ ਵਾਲੇ ਕੋਈ ਲੈ ਲੇਗੇ ਜੇ ਕਰਾਜ ਨੇ ਕਰਾਇਆ ਹੋਰ ਕੋਈ ਲੈ ਲੇ ਤੇ ਜਿਹਨੂੰ ਨਹੀਂ ਫੜਨਦੇ ਉਹਨੂੰ ਕੋਈ ਲੈ ਲੇ ਚਲੋ ਉਹਨਾਂ ਦੀ ਚਾਹਤ ਹੈ ਬੰਦੇ ਦਰਜ ਕਰ ਦੇ ਮਤਲਬ ਕਮਿਸ਼ਨਰ ਸਾਹਿਬ ਦੇ ਪੇਸ਼ ਹੋਣ ਤੋਂ ਬਾਅਦ ਭਾਵੇਂ ਆ ਕੰਮ ਹੋਣਿਆ ਬਿੱਲੀਆਂ ਦੀ ਲੜਾਈ ਚ ਬਾਂਦਰ ਦਾ ਫਾਇਦਾ ਨਾ ਜੇਦੀ ਰੋਟੀ ਮੈਨ ਲੈ ਲਾਦੀ ਮੈਂ ਸਾਰੀ ਖਾ ਜਾਣੀ ਕੁਛ ਨਹੀਂ ਮੁੜਦੀ ਰੋਜ਼ ਇੱਕ ਬੰਦਾ ਫੜਿਆ ਜਾਂਦਾ ਜੇ ਜੀ ਅਥਰਗੇ ਜੀ ਕਹੇ ਲੈਣ ਤੋਂ ਪਰ ਇਹ ਨਹੀਂ ਮੁੜਦੇ ਉਹ ਤਲਵੀਰ ਕਹਿੰਦੇ ਸਹੀ ਗਿਆ ਉਹ ਆਂਦੇ ਵੀ ਮੈਂ ਬੜੀ ਵੀ ਮੈਸੇਜ ਪਾਇਆ ਵੀ ਕਮਿਸ਼ਨਰ ਸਾਹਿਬ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਮੈਨੂੰ ਕੋ ਟਾਈਮ ਦੇ ਦਿਓ ਜੀ ਉਹ ਆਂਦੇ ਵੀ ਉਹ ਕਹਿੰਦੇ ਵੀ ਮੇਰੇ ਜਿਹੜਾ ਰੀਡਰ ਆ ਉਹਨੂੰ ਆਂਦੇ ਵੀ ਕੇ ਦੇ ਦੇ ਦਰਖਾਸਤ ਹੁਣ ਵੇਖੋ ਤੀ ਨਸ਼ੇ ਦੇ ਵਹਿਮ ਚ ਲਾਤੀ ਜੇ ਲੋਕਾਂ ਨੇ ਤੁਹਾਨੂੰ ਇਨਫੋਰਮੇਸ਼ਨ ਦੇਣੀ ਉਹ ਕਮਿਸ਼ਨਰ ਸਾਹਿਬ ਕਿੱਦਾਂ ਦੇਣ ਉਹਦਾ ਕੋ ਹਾਲ ਦੱਸੋ ਨਹੀਂ ਦੱਸਣਾ ਚਾਹੁੰਦਾ ਲੋਕਾਂ ਨੂੰ ਵਿਸ਼ਵਾਸ ਹੈ ਤੁਹਾਡੇ ਤੇ ਜੀ ਰੀਡਰ ਤੇ ਨਹੀਂ ਹੈਗਾ ਬਿਲਕੁਲ ਠੀਕ ਹੈ ਕੋਈ ਮੈਂ ਨਹੀਂ ਮਿਲਣਾ ਮੇਰੀ ਇਹ ਤਾਂ ਬਾਦ ਆ ਨੰਬਰ ਹੈ ਬੰਦਾ ਹੈਗਾ ਜੇ ਇਹਨੂੰ ਮਿਲ ਕੇ ਦੇ ਦਿਓ ਆ ਬਿਲਕੁਲ ਗੱਲ ਠੀਕ ਹੈ ਉਹ ਸਾਦਾ ਉਹ ਬੰਦਾ ਸ਼ੱਕੀ ਹੋਵੇ ਉਹ ਤੇ ਅੱਗੇ ਹੀ ਲੋਕ ਸਾਰਾ ਸ਼ੈ ਸ਼ੱਕ ਕਰਦਾ ਹੋਵੇ ਪੀ ਇਹ ਬੰਦਾ ਜਿਹੜਾ ਜਿਹੜਾ ਸਡੇ ਘਰ ਵਰਿਆਂ ਨੂੰ ਸਿਲੈਕਸ਼ਨ ਦਿੰਦਾ ਉਹਨੂੰ ਨਾਂ ਲੋਕੀ ਦੱਸਣਾ ਚਾਹੁੰਦੇ ਹੋਣ ਫਿਰ ਕਮਿਸ਼ਨਰ ਸਾਹਿਬ ਨੂੰ ਥੋੜਾ ਬੋਧਾ ਟਾਈਮ ਲੋਕਾਂ ਵਾਸਤੇ ਕੱਢਣਾ ਚਾਹੀਦਾ ਜੇ ਨਸ਼ਾ ਮੁਕਤ ਗੁਰੂ ਨਗਰੀ ਨੂੰ ਇਹ ਕਰਨਾ ਚਾਹੁੰਦੇ ਆ ਤੇ ਸਹੀ ਬਣਿਆ ਦੇ ਵਿੱਚ ਹਾਂ ਇਹਨਾਂ ਨੇ ਇੱਕ ਨੰਬਰ ਸ਼ੁਰੂ ਕੀਤਾ ਵੀ ਇਹਦੇ ਬਾਅਦ ਡਬਲ 77101 04368 ਆंदे ਵੀ ਇਹ ਨੰਬਰ ਨੂੰ ਮਗਰੋਂ ਗਾ ਡਰਗ ਕੰਟਰੋਲ ਨੰਬਰ ਦੇ ਵਿੱਚ ਸ਼ਿਫਟ ਕਰਤਾ ਜਾਊ ਕਨਵਰਟ ਕਰਤਾ ਜਾਊ ਅੱਗੇ ਜਿਹੜਾ ਬੰਦਾ ਫੜਿਆ ਰਾਜਸਥਾਨ ਉਹਦੇ 68 ਬੰਦਿਆਂ ਦੇ ਖਾਤੇ ਖਲਾਈ ਤੇ 2000 ਕਰੋੜ ਰੁਪਏ ਦਾ ਲੈਣ ਦੇਣਾ ਆ ਉਹ ਚੱਲਿਆ ਲੈਣ ਦੇਣ ਚੱਲਿਆ ਅੱਗੇ ਜੀ ਮਾਨਯੋਗ ਗਵਰਨਰ ਸਾਹਿਬ ਇਕ ਵਾਰ ਅਫੇਅਰ ਪੰਜਾਬ ਦੇ ਮਾਨਯੋਗ ਸੀਐਮ ਸਾਹਿਬ ਨੂੰ ਚਿੱਠੀ ਲਿਖ ਦਿੰਦੇ ਆ ਉਹ ਕਹਿੰਦੇ ਵੀ ਆ ਤੁਸੀਂ ਜਿਹੜਾ ਹਸਾਬ ਦੇ ਦਿਓ ਤੁਹਾਡੇ ਸਾਹਮਣੇ ਫਰ ਗਿਆ 50 ਹਜ਼ਾਰ ਕਰੋੜ ਪਹਿਲੇ ਵੀ ਵੇਖੋ ਬੜੀਆਂ ਚਿੱਠੀਆਂ ਲਿਖਦੇ ਆ ਗਵਰਨਰ ਸਾਹਿਬ ਮੇਰਾ ਖਿਆਲ 18-19 ਚਿੱਠੀਆਂ ਲਿਖ ਚੁੱਕੇ ਨੇ ਮਾਨ ਸਾਹਿਬ ਨੇ ਤੇ ਪਰ ਇਹ ਹੈ ਕਿ ਜਿਹੜੀ ਠੀਕ ਹੈ ਤੁਸੀਂ ਗਵਰਨਰ ਸਾਹਿਬ ਚਿੱਠੀ ਲਿਖੋ ਤੁਹਾਡਾ ਅਧਿਕਾਰ ਹੈ ਪਰ ਜੇ ਇਸ ਪੰਜਾਬ ਸਰਕਾਰ ਕਹਿੰਦੀ ਹੈ ਵੀ ਹੀ ਸੈਸ਼ਨ ਬੁਲਾਉਣਾ ਤੇ ਉਹਨਾਂ ਨੂੰ ਬੁਲਾਉਂਦੇ ਹੋ ਜੇ ਪੰਜਾਬ ਸਰਕਾਰ ਕਹਿੰਦੀ ਸਾਡਾ ਆਰਡੀਐਫ ਦਵਾਓ ਤੇ ਉਹਨਾਂ ਦਾ ਆਰਡੀਐਫ ਦਵਾਉਣ ਵਾਸਤੇ ਵੀ ਮਤ ਕਰੋ ਵੀ ਠੀਕ ਹੈ ਜੋ ਤੁਸੀਂ ਪੁੱਛ ਰਹੇ ਹੋ ਬਿਲਕੁਲ ਠੀਕ ਹੈ ਇਹ ਕਲੀਅਰ ਕੇਸ ਜੀ ਪੂਰਾ ਵੇਖੋ ਸੁਝਾਅ ਤੇ ਉਹ ਗਵਰਨਰ ਸਾਹਿਬ ਨੂੰ ਮਾਂਜੋ ਗਵਰਨਰ ਸਾਹਿਬ ਨੂੰ ਹੱਡੀ ਅਪੀਲ ਆ ਸਰਕਾਰ ਨੂੰ ਤੰਗ ਨਾ ਕਰ ਜੀ ਇਥੋਂ ਦੇ ਪੱਤਰਾਂ ਤੋਂ ਇਹ ਲੱਗਦਾ ਵੀ ਇਹ ਇਹਨਾਂ ਦੀ ਜਿਹੜੀ ਮੱਛਾ ਹੈਗੀ ਆ ਪੱਤਰ ਲਿਖਣ ਦੀ ਨਹੀਂ ਇਹਨਾਂ ਨੂੰ ਤੰਗ ਕਰਨ ਦੀ ਆ ਜੀ ਵੀ ਕੋ ਡੀਫੇਨਾਗੇ ਕਰੀਏ ਡੀਫੇਮ ਕਰੀਏ ਅਕਸ਼ ਕਰਾਉ ਕਰੀਏ ਸਰਕਾਰ ਦਾ ਚੰਗੀ ਗੱਲ ਨਹੀਂ ਵੇਖੋ ਜੇ ਤੁਹਾਡੇ ਕੋ ਆਗੇ ਵੀ ਸਾਡਾ ਆਰਡੀਐਫ ਦਬਾਓ ਤੇ ਤੁਹਾਨੂੰ ਚਿੱਠੀ ਲਿਖਣੀ ਚਾਹੀਦੀ ਹੈ ਸੈਂਟਰ ਨਾਲ ਗੱਲ ਕਰਨਾ ਚਾਹੀਦਾ ਉਹਨਾਂ ਨੂੰ ਇਹਨਾਂ ਨੂੰ ਇੰਨੀਆਂ ਚਿੱਠੀਆਂ ਲਏ ਦੇ ਕੇ ਸੈਂਟਰ ਨੂੰ ਵੀ ਲਿਖ ਦੇ ਜੀ ਵੀ ਪੰਜਾਬ ਵਾਲਾ ਕਰਜਾ ਕਰਜਾਈ ਹੋ ਗਿਆ ਇਹਨਾਂ ਨੂੰ ਦਿਓ ਵੀ ਇਹਨਾ ਉਹਨਾਂ ਦੇ ਵੀ ਤੁਹਾਡਾ ਜਿਹੜਾ 1.5 ਸਾਲ ਚੰਦੇ ਦੀ ਕਰਜਾ ਲਿਆ ਗੁਰਨਸਾਨ ਦੇ ਚਿੱਠੀ ਲੈ ਕੇ ਆ ਗਿਆ ਵੇਖੋ ਪਹਿਲਾਂ ਤੇ ਕੱਲ ਇਹਨਾਂ ਨੂੰ ਜਨਮਦਨੀ ਚਿੱਠੀ ਲਿਖਣੀ ਨਹੀਂ ਚਾਹੀਦੀ ਹਾਂ ਵਿਦਾਇ ਦੇਣੀ ਚਾਹੀਦੀ ਹੈ ਇਹਨਾਂ ਨੂੰ ਇੱਕ ਦਿਨ ਰੁਕ ਜਾਂਦੇ ਮੈਂ ਦਸਾ ਭੇਜ ਦੇ ਮਠਾਈ ਦਾ ਡੱਬਾ ਇਹ ਲੋਕਲ ਜਿਹੜੀ ਚਿੱਠੀ ਗਈ ਨਾ ਇਹੋ ਹੀ ਸਮਝਿਆ ਵੀ ਗਵਰਨਰ ਸਾਹਿਬ ਨੇ ਉਹਨਾਂ ਨੂੰ ਕਿ ਸ਼ੁਭ ਕਾਮਨਾਵਾਂ ਭੇਜੀਆਂ ਹੋਣਗੀਆਂ ਗਵਰਨਰ ਸਾਹਿਬ ਅੱਜ ਤਹਾਂ ਜਨੂ ਦੇਣਾ ਤੁਸੀਂ ਖੁਸ਼ਹਾਲ ਹੋ ਤੇ ਪੰਜਾਬ ਦੀ ਤਰੱਕੀ ਵਾਸਤੇ ਵਧੀਆ ਕੰਮ ਕਰੋ ਹਾਂ ਵੇਖੋ ਵਧੀਆ ਕੰਮ ਕਰਨ ਦੇ ਮੁਖਮਤਈ ਸਾਹਿਬ ਇੱਥੇ ਦੋ ਰਹਿਵਾਂ ਨਹੀਂ ਗਿਆ ਉਹਨਾਂ ਨੂੰ ਕਹਿੰਦੇ ਵੀ ਜਿਹੜਾ ਤਹੀ ਖਰਚਾ ਕੀਤਾ ਉਹਦਾ ਇੱਕ ਇੱਕ ਪੈਸੇ ਦਾ ਵਿਸਤਾਰ ਨਾਲ ਹਿਸਾਬ ਦਿਓ ਸਾਨੂੰ ਅਜੇ ਉਹਨਾਂ ਨੇ ਸੀਐਮ ਸਾਹਿਬ ਨੇ ਸਾਰਾ ਹਿਸਾਬ ਇਹਨਾਂ ਨੂੰ ਦੇਤਾ ਹੀ ਉਹ ਆਂਦੇ ਵੀ ਜਿਹੜਾ ਤਹੀ ਹਵਾਲਾ ਦਿੱ ਉਹ ਬਾਲਾ ਨੇ ਆਪਜ ਮੇਲ ਨਹੀਂ ਖਾਂਦਾ। ਉਹ ਵੀ ਕਹਿੰਦੇ। ਉਹ ਘੋਸ਼ਿਤ ਖਰਚੇ ਜਿਹੜੇ ਉਹਨਾਂ ਬਾਰੇ ਵੀ ਦੱਸੋ। ਉਹਨਾਂ ਨੇ ਇੱਥੇ ਬਹਿ ਜਾਣਕਾਰੀ ਮੰਗੀ ਵੀ ਕਰਜ਼ੇ ਦਾ ਪੈਸਾ ਕਿੱਥੇ-ਕਿੱਥੇ ਖਰਚ ਕੀਤਾ ਗਿਆ ਤੇ ਇੱਕ ਉਹਨਾਂ ਸੁਝਾਅ ਵੀ ਦਿੱਤਾ। ਉਹ ਆਂਦੇ ਵੀ ਪੈਸੇ ਦਾ ਜਿਹੜਾ ਨਾ ਇਸਤੇਮਾਲ ਆਮਦਨ ਤੋਂ ਉਹਨਾਂ ਹੀ ਖਰਚ ਕਰੋ ਜਿੰਨੀ ਕਿ ਤੁਹਾਡੀ ਆਮਦਨ ਜਾਂ ਕਰਜ਼ੇ ਦਾ ਆਮਦਨ ਵਿਧਾਨ ਲਈ ਖਰਚ ਕਰੋ। ਮੁਫਤ ਦੀਆਂ ਜਿਹੜੀਆਂ ਸਕੀਮਾਂ ਲੋਕਾਂ ਨੂੰ ਦੇਣ ਦੇ ਹੋਣੀ ਕਰਨਾ ਇਹ ਤਾਂ ਬਿਜਲੀ ਦੀ ਸਕੀਮਾਂ ਦੇ ਦਿੱਜਦੇ ਜੀ। ਜੀ ਜੀ ਜੀ। ਆਂਦੇ ਵੀ ਦਾ ਲੋਕੀ ਫਾਇਦਾ ਜਾਂ ਨਜਾਇਜ਼ ਥਾਂਦੇ ਆ। ਇਹਦੇ ਚੋਰੀਆਂ ਚੋਰੀ ਬਿਜਲੀ ਚੋਰੀ ਕਰਦੇ ਬਿਜਲੀ ਚੋਰੀ ਜਾਂਦੇ ਰੋਕੋ ਉਹਨੂੰ ਰੋਕ ਕੇ ਜਿਹੜਾ ਉਹ ਤੋਂ ਪੈਸਾ ਤੁਹਾਨੂੰ ਵੱਜਦਾ ਉਹਦੇ ਨਾਲ ਗਰੀਬ ਲੋਕਾਂ ਨੂੰ ਸਬਸਿਡੀ ਦਿਓ ਅਟਕੇ ਜੀ ਦੇਖੋ ਸਿਆ ਤੁਹਾਡਾ ਠੀਕ ਆ ਪਰ ਅਟਕੇ ਨਾ ਪਾਓ ਉਹ ਆਂਦੇ ਵੀ ਜਿਹੜਾ ਤੁਹਾਡੀ ਆਮਦਨ ਤੋਂ ਵੱਧ ਤੀ ਖਤੇ ਕਰੀ ਜਾਂਦੇ ਜੇ ਆਂਦੇ ਤੇ 10000 ਕਰੋੜ ਦੀ ਵੀ ਗੱਲ ਕੀਤੀ ਉਹ ਕਹਿੰਦੇ ਵੀ ਇੱਕ ਵਾਰ ਤਾਂ ਜਿਹੜਾ ਆਹ ਤੀ ਵੱਧ ਲੈ ਆਂਦੇ ਉਹਾਂ ਦੇ ਵੀ ਜਿੰਨਾ ਪਾਸ ਕਰਾਇਆ ਹੈ ਕੈਬਨਿਟ ਤੋਂ ਵਾਦ ਲੈ ਲਿਆ ਦੀ ਇੱਕ ਉਹਾਂ ਦੇ ਵੀ ਆਂਦੇ ਵੀ ਤੇ ਸਹਿਮਤ ਆ ਵੀ ਕल्याणकारी ਸਕੀਮਾਂ ਵਾਣ ਲਾਗੂ ਕਰਨੀਆਂ ਚਾਹੀਦੀਆਂ ਪਰਾਂ ਦੇ ਵੀ ਆਪਣੀ ਜੇਬ ਦਾ ਖਰਚਾ ਵੀ ਤੇ ਵੇਖੋ ਨਾ ਭਈ ਆਪਣੇ ਕੋਲ ਪੈਸੇ ਕਿਨੇ ਹੈਗੇ ਆ ਪਰ ਕਹ ਜੀ ਸਰ ਇੱਕ ਨਾ ਮਾਨ ਸਾਹਿਬ ਨੂੰ ਸਾਡੀ ਬੇਨਤੀ ਹੈ ਵੀ ਤੁਸੀਂ ਵਧੀਆ ਜੇ ਕੰਮ ਕਰ ਰਹੀ ਨਾ ਸਰਕਾਰ ਤੇ ਵੱਡੇ ਵੱਡੇ ਇhtiyar ਦੇਣ ਦੀ ਕੀ ਲੋੜ ਹੈ ਅੱਜ ਤੁਸੀਂ ਸੌ ਚੁਕਾਈਏ ਬਹੁਤ ਵਧੀਆ ਦੇਖੋ ਸਾਰੀਆਂ ਖਬਰਾਂ ਨੇ ਕਵਰ ਵੀ ਕਰਨਾ ਹੈ ਪਰ ਹਰ ਖਬਰ ਨੂੰ ਪੂਰੀ ਪੂਰੀ ਦੋ ਦੋ ਤਿੰਨ ਤਿੰਨ ਲਾਏ ਬੋਰਡ ਇਹ ਮੜੇ ਲੱਗਦੇ ਸਭ ਲੋਕੀਏ ਸ਼ਕਲ ਵੇਖ ਅੱਕ ਜਾਂਦੇ ਆ ਇਹ ਕਹਿੰਦੇ ਵੱਡੇ ਵੱਡੇ ਥਿਆਰ ਆ ਪੂਰੇ ਪੂਰੇ ਫੁੱਲ ਫੁੱਲ ਪੇਜ ਦੇ ਵੀ ਥੋੜਾ ਇਧਿਆਰ ਦੇ ਦਿਓ ਉਹ ਖਰਚਾ ਤੇ ਸਰਕਾਰ ਦਾ ਹੀ ਹੋਂਡਿਆ ਨਾ ਲੋਕਾਂ ਦੇ ਪੈਸੇ ਉਹ ਤੁਹਾਡਾ ਕਰਜ਼ਾ ਲੱਜੂਗਾ ਉਹ ਆਂਦੇ ਵੀ ਰਾਜਕੀ ਕੋਸ਼ਿਸ਼ ਅਨੁਸ਼ਾਸਨ ਰੱਖੋ ਔਰ ਜਿਹੜਾ ਤੁਹਾਡਾ ਖਰਚਾ ਹੈਗਾ ਉਹਨਾਂ ਕਟੌਤੀ ਕਰੋ ਜਿਹੜੇ ਫਜ਼ੂਲ ਖਰਚੀਆਂ ਦੀ ਹੀ ਕਰਦੇ ਜੇ ਉਹ ਰੁਕੋ ਮੁਫਤ ਦੀਆਂ ਸਕੀਮਾਂ ਤੋਂ ਬਚੋ ਉਹਨਾਂ ਸੁਝਾਅ ਵੀ ਦੇਦੇ ਜੇ ਸੁਝਾਅ ਠੀਕ ਹੈ ਤਾਂ ਬਾਕੀ ਗਵਰਨਰ ਸਾਹਿਬ ਨੂੰ ਚਾਹੀਦਾ ਵੀ ਸਰਕਾਰ ਦਾ ਸਾਥ ਦੇਣਾ ਸਰਕਾਰ ਨੂੰ ਪਰੇਸ਼ਾਨ ਨਾ ਕਰ ਲੈਣੀ ਮੜੀ ਮੜੀ ਚਿੱਠੀ ਲੈ ਦਿੰਦੇ ਨਹੀਂ ਜਗਹ ਵੈਸੇ ਤੇ ਉਹਨਾਂ ਨੇ ਇਹ ਵੀ ਚਿੱਠੀ ਪੁੱਛ ਕੇ ਪਾ ਕੇ ਪੁੱਛਿਆ ਵੀ ਜਿਹੜਾ ਤਰਨ ਤਰਨ ਦੇ ਐਸਐਸਬੀ ਦਾ ਅਧਿਵਾਲਾ ਕਿਉਂ ਆਇਆ ਵੀ ਰੇਤ ਮਾਈਨਿੰਗ ਵਾਕਈ ਉੱਥੇ ਹੋ ਰਹੀ ਸੀ ਕਿ ਨਹੀਂ ਹੋ ਰਹੀ ਸੀ ਉਹਨਾਂ ਨੇ ਵੀ ਪੁੱਛਿਆ ਹੀ ਵੀ ਮਾਸਟਰ ਕਿਦਾਂ ਭੇਜੇ ਜੇ ਬਾਦ ਸਿੰਗਾਪੁਰ ਟ੍ਰੇਨਿੰਗ ਵਾਸਤੇ ਪ੍ਰਿੰਸੀਪਲ ਕਿਦਾਂ ਭੇਜੇ ਜੀ ਉਹਤੇ ਵੀ ਸਵਾਲ ਉੱਠ ਰਹੇ ਜੇ ਉਹ ਕਹਿੰਦੇ ਵੀ ਜਿਹੜੇ ਸਿੰਗਾਪੁਰ ਟ੍ਰੇਨਿੰਗ ਤੇ ਭੇਜਦੇ ਨਾ ਵੀ ਅੰਬਰਸਨ ਤੋਂ ਸਿੰਗਾਪੁਰ ਸਿੱਧੀ ਇੰਟਰਨੈਸ਼ਨਲ 에ਅਰਪੋਰਟ ਤੋਂ ਫਲਾਈਟ ਜਾਂਦੀ ਹੈ ਤੇ ਕਹਿੰਦੇ ਦਿੱਲੀੋਂ ਇਦੇ ਤੇ ਵੀ ਕੁਝ ਲੋਕਾਂ ਨੇ ਸਵਾਲ ਚ ਉਨੇ ਖੜੇ ਕਰੇ ਕੋ ਲੋਕਾਂ ਨੇ ਦੇ ਕੁਝ ਤੋਂ ਲੋਕ ਕਹੇਗੇ ਲੋਕਾਂ ਦਾ ਕੰਮ ਹੈ ਕਹਿਣਾ ਜੀ ਵੈਸੇ ਨਾ ਮੇਰਾ ਜੀ ਕਰਦਾ ਹੀਆਂ ਮੈਂ ਖਬਰਾਂ ਇੱਥੇ ਖਬਰਾਂ ਪੜ੍ਹਦੇ ਰਹਿਨੇ ਆ ਲੋਕਾਂ ਨੂੰ ਦੱਸਦੇ ਰਹਿਨੇ ਆ ਸੰਗ ਪਾੜਦੇ ਰਹਿਨੇ ਆ ਆਪਣਾ ਐਮ ਐਲ ਏ ਵਲੇ ਬਾਜੀਰ ਕਹੇ ਜੀ ਐਮ ਐਲ ਏ ਬਾਜੀਏ ਤੇ ਐਸ ਐਸ ਪੀ ਵੀ ਮਾਫੀ ਮੰਗਣ ਆਉਂਦਾ ਜੇ ਉਹ ਵੀ ਘਰ ਜਾ ਕੇ ਬਿਲਕੁਲ ਤੁਹਾਡੀ ਗੱਲ ਐਸ ਐਸ ਪੀ ਮਾਫੀ ਮੰਗਣ ਆਉਂਦਾ ਡੀ ਐਸ ਪੀ ਮਾਫੀ ਮੰਗਣ ਆਉਂਦਾ ਐਚ ਐਚਓ ਫਿਰ ਸਾਡੇ ਕਹਿਣ ਤੇ ਐਮ ਐਲ ਏ ਦੇ ਕਹਿਣ ਤੇ ਕੰਮ ਵੀ ਸਾਰੇ ਕਰਦੇ ਆ ਤੇ ਕੀ ਇਹ ਪੂਰਾ ਮਾਮਲਾ ਕਿ ਐਸ ਐਸ ਪੀ ਸਾਹਿਬ ਨੂੰ ਡਾਟ ਕਸ਼ਮੀਰ ਸਿੰਘ ਸਵਰ ਸਾਡੇ ਨਾਲ ਹੀ ਸਰਵਿਸ ਕਰਦੇ ਨੇ ਜੀ ਠੀਕ ਆ ਅਜੀ ਸੱਜਣ ਹੈਗੇ ਆ ਵਧੀਆ ਬੰਦੇ ਆ ਉਹਨਾਂ ਨੇ ਇੱਕ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਜਿਹੜੀ ਕਮੇਟੀ ਆ ਉਹਨੂੰ ਇੱਕ ਸ਼ਿਕਾਇਤ ਕੀਤੀ ਪੀ ਤਿੰਨ ਪੁਲਿਸ ਅਧਿਕਾਰੀਆਂ ਨੇ ਮੇਰੇ ਨਾਲ ਸਿਸ਼ਟਾਚਾਰ ਦਾ ਲੰਘਨ ਕੀਤਾ ਤੇ ਦੁਰਵਿਹਾਰ ਕੀਤਾ ਜੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ ਉਹੀ ਉਸ ਸਮੇਂ ਦੇ ਤਰਨਤਾਂ ਦੇ ਐਸਐਸਪੀ ਜਿਹੜੇ ਹੈਗੇ ਹੀ ਗਰਮੀਤ ਸਿੰਘ ਚੋਹਾਨ ਡੀਐਸਪੀ ਸਿਟੀ ਹੀ ਜਸਪਾਲ ਸਿੰਘ ਟਲੋ ਤੇ ਐਸਐਚਓ ਹੀ ਗੋਚਰਾ ਸਿੰਘ ਜਬਾਲ ਦੇ ਤੇ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਇਹਨਾਂ ਤੇਨਾਂ ਨੂੰ ਤਲਬ ਕਰ ਲਿਆ ਜਾਂਦਾ ਦੋ ਵਾਰੀ ਪੇਸ਼ ਹੁੰਦੇ ਆ ਤੇ ਐਸਐਚਓ ਤੇ ਡੀਐਸਪੀ ਇਹ ਕਮੇਟੀ ਕੋਲ ਆਪਣੀ ਗਲਤੀ ਸਵੀਕਾਰ ਕੇ ਤੇ ਮਾਫੀ ਮੰਗ ਲੈਂਦੇ ਆ ਜਿਵੇਂ ਜਵਾਨ ਸਾਹਿਬ ਪੇਸ਼ ਕੀ ਤੋਂ ਸ਼ੂਟ ਮੰਗਦੇ ਆ ਕਮੇਟੀ ਵਾਲੇ ਕਹਿੰਦੇ ਵੀ ਫੇਰ ਆਓ ਇਦਾਂ ਕੱਲ ਇਹਨਾਂ ਨੂੰ ਸੱਦ ਲਿਆ ਜਾਂਦਾ 17 ਅਕਤੂਬਰ ਨੂੰ ਤੇ ਤਿੰਨੇ ਅਧਿਕਾਰੀ ਜਿਹੜੇ ਆ ਕਮੇਟੀ ਦੇ ਪਰ ਕੋਲ ਪੇਸ਼ ਹੋ ਕੇ ਤੇ ਆਪਣੀ ਮਾਫੀ ਮੰਗ ਲੈਂਦੇ ਆ ਉਹ ਕਮੇਟੀ ਦੇ ਜਿਹੜੇ ਹੈਗੇ ਆ ਕਲੌਨ ਸਿੰਘ ਪੰਡੋਰੀ ਚੇਅਰਮੈਨ ਉਹ ਇਹਨਾਂ ਤਿੰਨਾਂ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਆ ਵੀ ਇੱਕ ਸਤਾ ਦੇ ਅੰਦਰ ਨਜਾਗੇ ਐਮਐਲਏ ਨੂੰ ਸੰਤੁਸ਼ਟ ਕਰੋ ਕੋਈ ਵਾਹੀ ਮੰਗੇ ਤੇ ਨੇ ਵਿਸ਼ਵਾਸ ਦਿਵਾਉਂਦੇ ਵੀ ਉਹ ਤਾਂ ਕੋਈ ਵਾਹੀ ਮੰਗੇ ਆਵਾਂਗੇ ਉਹਨਾਂ ਦੇ ਘਰ ਵੀ ਜਾਣਗੇ ਸੰਤੁਸ਼ਟ ਕਰਨਗੇ ਵਾਹੀ ਮੰਗਣਗੇ ਉਹਨਾਂ ਦਿੰਦਾ ਕਿ ਨਹੀਂ ਦਿੰਦਾ ਇਧਰ ਉਹਨਾਂ ਨੇ ਇੱਕ ਮੈਸੇਜ ਸਾਰੇ ਪੰਜਾਬ ਚੱਲ ਗਿਆ ਵੀ ਜਿਹੜਾ ਐਮਐਲਏ ਦਾ ਕਹਿਣਾ ਨਹੀਂ ਮੰਨੂ ਆ ਉਹ ਗਿਆ ਜੇ ਦੋ ਮਹੀਨੇ ਦਿੱਤਰ ਗਈ ਇਹ ਕਿਹਾ ਮੈਸੇਜ ਦਿੱਤਾ ਇੱਕ ਜਦੋਂ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਸੀ ਵੀ ਆਪਣੀ ਤੂੰ ਐਸਐਸਪੀ ਦੀ ਵਰਦੀ ਲਾ ਦੇ ਮੈਂ ਐਮਐਲਏ ਦੀ ਕੁਰਸੀ ਪਾਸੇ ਰੱਖ ਦਿੰਨਾ ਉਹ ਮੈਸੇਜ ਚਲਾ ਗਿਆ ਕਿ ਐਮਐਲਏ ਨੂੰ ਸ਼ੋਭਾ ਦਿੰਦਾ ਇਹੋ ਜਿਹੀਆਂ ਗੱਲਾਂ ਕਰਦੇ ਨੇ ਇਮਾਨ ਸਾਹਿਬ ਨੂੰ ਫਿਲਮਾਂ ਚੰਗੀਆਂ ਲੱਗਦੀਆਂ ਜੀ ਫਿਰ ਮਾਨਸ ਅਸਲੀਅਤ ਚ ਨਹੀਂ ਕਿ ਇਹ ਬਦਲਾਵ ਇਮਾਨ ਸਾਹਿਬ ਨੂੰ ਵੀ ਫਿਰ ਬੇਨਤੀ ਹੈ ਨਾ ਜੀ ਵੀ ਤੁਸੀਂ ਐਮਐਲਏ ਸਾਹਿਬ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਬੇਨਤੀ ਵੀ ਐਮਐਲਏ ਦੀ ਤੇ ਤੁਸੀਂ ਹੱਕ ਰੱਸੀ ਕਰਾਉਣ ਦਿਓ ਐਮਪੀ ਰੌਲਾ ਪਾਈ ਜਾਣ ਡਿਆ ਅੰਮ੍ਰਿਤਸਰ ਦਾ ਫਿਰ ਐਲਪੀ ਦੀ ਵੀ ਕਰਾਓ ਜਰੇ ਜੀ ਉਹ ਕਿੱਥੇ ਜਾਵੇ ਬਦਲਾਵ ਤੇ ਜੀ ਇਦਾਂ ਹੀ ਆ ਬਦਲਾਵ ਇਹ ਵੀ ਨਮੈਂਦਾ ਉਹਦੀ ਗੱਲ ਕੋਈ ਨਹੀਂ ਸੁਣਦਾ ਏਕਲਕੇ ਦੇ ਨਮੈਂਦੇ ਦੀ ਗੱਲ ਸੁਣ ਲਈ ਸਾਰੀ ਸਰਕੇ ਜੀ ਉਹ ਤੇ ਕਾਰਵਾਈ ਕਰਤੀ ਆ ਸਮੇਂ ਦੀ ਘਾਟ ਆ ਛੋਟੀ ਜਿਹੀ ਟਿੱਪਣੀ ਕੁਲਬੀਰ ਸਿੰਘ ਜੀਰਾ ਕਾਂਗਰਸ ਦੇ ਲੀਡਰ ਐ ਕੱਲ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਉਹਨਾਂ ਨੇ ਇੱਕ ਫਿਰ ਆਪ ਸ਼ਰਾਬ ਦੀ ਬੋਤਲ ਹੀ ਵਿਖਾਈ ਗੱਡੀ ਚੋਂ ਕਿਹੇ ਕਹਿੰਦੇ ਪੁਲਿਸ ਅਫਸਰ ਦੀ ਗੱਡੀ ਆ ਤੇ ਕਹਿੰਦੇ ਮੈਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਕਰਨੀਆਂ ਸੀ ਪ੍ਰੈਸ ਦੇ ਖਲਾਸੇ ਕਰਨੀਆਂ ਸੀ ਵੀ ਕੀ ਕਰ ਰਿਹਾ ਉਹ ਕੀ ਏ ਛੋਟਾ ਬੰਦਾ ਵੇਖੋ ਜੀ ਉਹਨਾਂ ਨੇ ਬਧਾਇਆ ਕਿ ਜੀਰਾ ਨੂੰ ਬੀਡੀਪੀਓ ਦੀ ਜੀਰਾ ਦੀ ਸ਼ਿਕਾਇਤ ਦੇ ਉੱਤੇ ਜੀ ਰੈਸਟ ਕੀਤਾ ਜਾਂਦਾ ਉਹਨਾਂ ਸ਼ਿਕਾਇਤ ਕੀਤੀ ਹੀ ਇਹਨਾਂ ਦੇ ਤੇ 80 ਬੰਦਿਆਂ ਦੇ ਉੱਤੇ ਕੇਸ ਰਜਿਸਟਰ ਹੁੰਦਾ ਕਿ ਇਹਨਾਂ ਨੇ ਮੇਰੇ ਕੰਮਕਾਜ 'ਚ ਰੋੜਾ ਪਾਇਆ ਤੇ ਰਿਕਾਰਡ ਨਾਲ ਸ਼ੇਅਰ ਕਰਨੇ ਕੀਤੇ ਜੀ ਤੇ ਕੱਲ ਡੀਐਸਪੀ ਜੀਰਾ ਤੜਕੇ 4:30 ਵਜੇ ਅਜੇ ਵਿਚਾਰੇ ਸੁੱਚੇ ਮੂੰਹ ਹੀ ਨਤਨੇਮ ਕਰਨਾ ਹੀ ਨਾਲ ਹਟੋਣਾ ਹੈ ਲਵਰ ਤੇ ਟੀ-ਸ਼ਰਟ ਦੇ ਵਿੱਚ ਹੀ ਇਹਨਾਂ ਨੂੰ ਪਾ ਕੇ ਆਪਣੀ ਗੱਡੀ 'ਚ ਲਾ ਕੇ ਉੱਥੇ ਰੋਣਾ ਰੋਲਾ ਪਾਇਆ ਉਹ ਆਂਦੇ ਮੈਨੂੰ ਡਰਨ ਵਾਲਾ ਜਿਹਾ ਫਿਰ ਉੱਥੇ ਉਹ ਜਦੋਂ ਡੀਐਸਪੀ ਦੀ ਗੱਡੀ 'ਚ ਬਹਿੰਦੇ ਆ ਉਹ ਇਹਦੇ ਸ਼ਰਾਬ ਦੀ ਬੋਤਲਾਂ ਪਈਆਂ ਉਹ ਤੀਰਾ ਸਾਹ ਬੜੇ ਤੇਜ਼ ਆ ਕੱਦ ਜਰੂਰ ਛੋਟਾ ਪਰ ਉਹਨੇ ਤਾਂ ਧੀਰੇ ਤਾਂਵਾ ਤਨ ਕਹੀ ਯਾਦ ਨਾਲ ਕਿ ਉਹ ਕਾਲੀ ਪੀਜੇ ਵੀ ਸਰਕਾਰ ਪਿੱਛੇ ਸਰਕਾਰ ਹੁੰਦੀ ਨਾ ਤੇ ਰੋਲਾ ਪਿਆ ਸੀ ਜਦੋਂ ਕਿਹਾ ਸੀ ਵੀ ਦੋ ਪਕਰਾ ਚਲੋ ਅਸੀਂ ਨਾ ਕੀ ਲੈਣਾ ਵੀ ਕਿੰਨੂੰ ਕਿਹਾ ਸੀ ਸਭ ਨੂੰ ਪਤਾ ਹੀ ਹੈ ਵੀ ਤੂੰ ਵੀ ਕਰਾ ਦੇ ਮੈਂ ਵੀ ਕਰਾਉਣਾ ਵੀ ਕਿਤੇ ਖੂਨ ਚੋਂ ਕੀ ਨਿਕਲਦਾ ਲੱਗ ਜੂਗਾ ਪਤਾ ਹਾਂ ਉਹਨਾਂ ਫੇਸਬੁਕ ਤੇ ਲਾਈਵ ਹੋ ਗਏ ਉਸੇ ਟਾਈਮ ਜੀ ਉਹ ਬੋਤਲਾਂ ਵਿਖਾਤੀਆਂ ਡੀਐਸਪੀ ਦੀ ਗੱਡੀ 'ਚ ਪਈਆਂ ਵੀ ਆਹ ਵੇਖੋ ਪੁਲਿਸ ਵਾਲਿਆਂ ਦੀ ਗੱਡੀ 'ਚ ਸ਼ਰਾਬ ਪਈ ਜੇ ਕਿਦਾਂ ਕੀ ਕਰਦੀ ਆ ਤੇ ਉਹ ਆਂਦੇ ਵੀ ਮੈਂ ਜਿਹੜਾ ਉਥੋਂ ਦਾ ਬਧਾਇਕ ਹੈਗਾ ਉਹ ਗਲਤ ਸਰਟੀਫਿਕੇਟਾਂ ਦੇ ਉੱਤੇ ਗਲਤ ਯੋਜਨਾਵਾਂ ਦੇ ਪਲਾਟ ਦੁਆਰਿਆ ਲੋਕਾਂ ਨੂੰ ਫਾਇਦੇ ਡਾ ਰਿਆ ਮੈਂ ਜਿਹੜਾ ਇਹ ਤੋਂ ਪਰਦਾ ਫਾਸ਼ ਕਰਨਾ ਹੀ ਉਹਨਾਂ ਨੇ ਗੱਲ ਜੀ ਉਹਨਾਂ ਬਿਆਨ ਦਿੱਤਾ ਹੀ ਵੀ ਆਪ ਸਰਕਾਰ ਦੇ ਐਮਐਲਏ ਨੂੰ ਕੀਤੇ ਜਾ ਰਿਹਾ ਹੈ ਘਟਾਲਿਆਂ ਦਾ ਮੈਂ ਕੱਲ ਪਰਦਾ ਫਾਸ਼ ਕਰੂੰ ਦੱਸ ਦਿਆਂ ਵੀ ਫੜਿਆ ਇਸ ਕਰਕੇ ਗਿਆ ਉਹਨਾਂ ਨੂੰ ਹੁਣ ਉਹਨੂੰ ਭੇਜਦਾ ਰੋਪੜ ਜੇਲ੍ਹ ਅਗੇ ਉਹ ਸਮਰਥਕਾਂ ਨੇ ਭੇਜਿਆ ਆਉਂਦੇ ਦੀ ਫਰੋਏਪਰ ਰੇਲ ਤੇ ਇਹਨਾਂ ਦੀ ਜਾਨ ਨੂੰ ਗੈਂਗਸਟਰਵਾਦ ਤੋਂ ਖਤਰਾ ਹੈਗਾ ਇਹਨਾਂ ਨੂੰ ਚਲੋ ਤੇ ਇਸ ਕਰਕੇ ਭੇਜਤਾ ਵੇਖੋ ਇਹ ਰਾਜਨੀਤਿਕ ਰੰਗੇ ਛਾਇਆ ਦੀ ਆ ਤੇ ਕੀ ਗੱਲ ਨਹੀਂ ਨਹੀਂ ਚਲੋ ਵੈਸੇ ਬਹੁਤ ਸਾਰੇ ਪਹਿਲੇ ਵੀ ਲੀਡਰ ਫੜੇ ਕਰਕੇ ਇਹੀ ਗੱਲ ਹੈ ਕਿ ਕਰਦੇ ਕਾਂਗਰਸੀ ਵੀ ਇਹੋ ਕੁਛ ਰਹੇ ਆ ਕਰਦੇ ਕਾਲੀ ਵੀ ਇਹੋ ਕੁਛ ਰਹੇ ਆ ਕੋਈ ਵਾਕਈ ਨਾ ਨਹੀਂ ਕਰਨ ਦੇ ਪਰ ਬਦਲਾਅ ਚ ਲੋਕ ਚਾਹੁੰਦੇ ਸੀ ਇਹਨਾਂ ਕੋਲ ਇਹ ਚਾਹੁੰਦੇ ਵੀ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਸਹੀ ਕੰਮ ਕਰੋ ਅਸੀਂ ਕਿੰਨੇ ਵੀ ਜਿਹੜੇ ਲੀਡਰ ਨੇ ਚੋਰੀਆਂ ਚਗਾਰੀਆਂ ਕੀਤੀਆਂ ਜਿਨੇ ਕੇਸ ਕੀਤੇ ਉਹਨਾਂ ਦੀ ਜਾਂਚ ਤੇਜ਼ ਕਰੋ ਉਹਨਾਂ ਸਭ ਨੂੰ ਸੁਲਾਖਾ ਦੇ ਮਗਰ ਭੇਜੋ ਕਿ ਨਾਂ ਮੰਜੇ ਕਿਦੋਂ ਲੈ ਲੈ ਪੈਂਜ ਕਿਦੋਂ ਲੈ ਲੈ ਸਮਾਨ ਕਿਦੋਂ ਲੈ ਲਿਆ ਸੈਨੀਟਾਈਜ਼ਰ ਕਿਦੋਂ ਲੈ ਲਿਆ ਥੋਕ ਥੋਕ ਡਾ ਲੈ ਲਿਆ ਕੀ ਕੀਤਾ ਅਤਰੋ ਕੇ ਜੀ ਸਮਾਂ ਹੋ ਗਿਆ ਅਸੀਂ ਇਜ਼ਾਦਤ ਲਈਏ ਤੇ ਪਰ ਜਾਣ ਤੋਂ ਪਹਿਲੇ ਦਰਸ਼ਕਾਂ ਨੂੰ ਦੱਸ ਦਈਏ ਇੱਕ ਵਾਰੀ ਫੇਰ ਜਿਹੜੀ ਇਹ ਭੁੱਖਮਰੀ ਦੀ ਜਿਹੜੀ ਆਈ ਹੈ ਇੰਡੈਕਸ ਜਾਰੀ ਹੁੰਦਾ ਜਿਹੜਾ ਉਹਨੇ ਰਿਪੋਰਟ ਦਿੱਤੀ ਹੈ ਕਿ ਭਰਤ ਦੀ ਹਾਲਤ ਜਿਹੜੀ ਬੜੀ ਖਰਾਬ ਹੈ 150 ਦੇਸ਼ਾਂ ਦੇ ਵਿੱਚ ਸਾਡੀ ਜਿਹੜੀ ਸਥਿਤੀ ਭਰਤ ਦੀ ਹੈ 111ਵੇਂ ਨੰਬਰ ਤੇ ਆਨੇ ਹਾਲਾਂਕਿ ਭਾਰਤ ਸਰਕਾਰ ਨੇ ਇਸ ਰਿਪੋਰਟ ਨੂੰ ਖਾਰਜ ਕੀਤਾ ਹੈ ਪਰ ਨਾਲ ਦੀ ਨਾਲ ਗਲੋਬਲ ਹੰਗਰ ਇੰਡੈਕਸ ਬਣਾਉਣ ਵਾਲੀ ਟੀਮ ਦੀ ਸੀਨੀਅਰ ਪਾਲਿਸੀ ਐਡਵਾਈਜ਼ਰ ਆ ਮਿਰਿਅਮ ਵਿਮਰਸ ਉਹਨੇ ਆਪਣੀ ਰਿਪੋਰਟ ਨੂੰ ਸਹੀ ਦੱਸਿਆ ਤੇ ਕਈ ਮਾਪਦੰਡ ਵੀ ਦੱਸੇ ਨੇ ਚੀਨ ਚੌਥੇ ਨੰਬਰ ਤੇ ਆ ਸ਼੍ਰੀਲੰਕਾ 60ਵੇਂ ਨੰਬਰ ਤੇ ਆ ਨੇਪਾਲ ਜਿਹੜਾ 69ਵੇਂ ਨੰਬਰ ਤੇ ਆ ਬੰਗਲਾਦੇਸ਼ ਭੁੱਖਮਰੀ ਦੇ 100ਵੇਂ ਨੰਬਰ ਤੇ ਆ ਪਾਕਿਸਤਾਨ 102 ਨੰਬਰ ਤੇ ਆ ਤੇ ਪਾਰਤ ਅਸੀਂ 111ਵੇਂ ਨੰਬਰ ਤੇ ਆ ਵੀ ਸਾਰੇ ਮੁਲਕ ਸਾਡੇ ਦੋ ਲੋ ਜਿਹੜੇ ਭੁਖਮਰੀ ਤੇ ਜਿਹੜੇ ਚੰਗੇ ਨੇ ਤੇ ਅਫਗਾਨਿਸਤਾਨ 114ਵੇਂ ਨੰਬਰ ਤੇ ਆ ਤੇ ਸਾਡੀ ਹੱਥ ਜੋੜ ਕੇ ਸਾਡੇ ਲੀਡਰਾਂ ਨੂੰ ਬੇਨਤੀ ਹੈ ਵੀ ਭੁਖਮਰੀ ਤੇ ਜੇ ਅਸੀਂ ਕਗਾਰ ਤੇ ਪਹੁੰਚ ਗਏ ਆ ਮੁਫਤ ਖੋਰਦੀਆਂ ਰੇਡੀਆਂ ਬੰਦ ਕਰੋ ਹੁਣ ਪੰਜਾਂ ਰਾਜਿਆਂ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਵੇ ਤੜਾ ਤੜਾ ਹੋੜ ਲੱਗੀ ਏ ਵੀ ਮੈਂ ਕਿਸੇ ਨੂੰ 500 ਦਊਂਗਾ ਕੋਈ ਕਹਿੰਦਾ ਮੈਂ 500 ਦਾ ਸਿਲੰਡਰ ਦਊਂਗਾ ਕੋਈ ਕਹਿੰਦਾ ਮੈਂ 5 ਲੱਖ ਦਾ ਬੀਮਾ ਦੇ ਦਊਂਗਾ ਕੋਈ ਕਹਿੰਦਾ ਬੱਚਿਆਂ ਨੂੰ ਪੈਸੇ ਦੇ ਦਊਂਗਾ ਕੋਈ ਕਹਿੰਦਾ ਜਨਾਨੀਆਂ ਨੂੰ ਪੈਸੇ ਦੇ ਦਊਂਗਾ ਹੋ ਰ ਮੁਲਕ ਨੂੰ ਕੰਗਾਲੀ ਦੀ ਰਾਹ ਤੇ ਨਾ ਲੈ ਜਾਓ ਬਾਕੀ ਫੈਸਲਾ ਜਨਤਾ ਨੇ ਕਰਨਾ ਕਿਉਂਕਿ ਜਨਤਾ ਹੀ ਜਨਾਰਦਨ ਹੈ ਸਾਨੂੰ ਦਿਓ ਇਜਾਜ਼ਤ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ